प्रस्तुति सुन रहे हो रेडियो चंद परदेसी। शिकागो दा 24 घंटे 7 दिन चलन वाला पहला पंजाबी दे दोस्तों एसी एक पैगाम रेडियो चंद परदेसी वालों आवाज दी मार्फत रेडियो चंद परदेसी नाल जुड़े हुए बहुत ही सत्कारित दानश्वर दोस्तों थोड़ी खिदमत साडे मसले ते सांझा दे प्रोग्राम दी अगली किश्त लेके हाजिर होया हां। मैं हां थोड़ा मेजबान गुरबचन मान। प्रोग्राम विच आप सब दा निघा स्वागत है, आदाब नमस्कार सत श्री अकाल। थानू जान के प्रसन्नता होएगी कि मेरे इस प्रोग्राम दे खास मेहमान हन डॉक्टर अमरजीत सिंह मान साहब, जो बहुत सालां तों होम्योपैथी की सफल प्रैक्टिस कर रहे ने, बतौर सोशल एक्टिविस्ट के तौर ते विचर रहे ने, साइंटिफिक अवेयरनेस ते सोशल वेलफेयर फोरम दे प्रधान हन। संयुक्त किसान मोर्चे वालों सुनाम दे हल्के तो विधानसभा लई उम्मीदवार हन। समाज सेवी कारजां दे कारण करके हरमन प्यारे हन। ਪਿੰਡਾਂ ਵਿਚ ਠੇਕੇ ਨਾ ਖੁੱਲਣ ਲਈ ਪੰਚਾਇਤਾਂ ਤੋਂ ਰੈਜ਼ੋਲੂਸ਼ਨ ਪਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਸਰਗਰਮ ਰਹੇ ਅਤੇ ਉਥੇ ਚੰਗੇ ਨਤੀਜੇ ਵੀ ਨਿਕਲੇ। ਕਿਸਾਨੀ ਮੋਰਚੇ ਦੀਆਂ ਗਤੀਆਂ ਵਿਧੀਆਂ ਨਾਲ ਜੁੜੇ ਰਹੇ ਹਨ। ਇਸ ਦੇ ਨਾਲ ਹੀ ਮੈਂ ਡਾ ਅਮਰਜੀਤ ਸਿੰਘ ਮਾਨ ਜੀ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦੇ ਹੋਇਆਂ ਉਨ੍ਹਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਅਤੇ ਜੀ ਆਇਆਂ ਨੂੰ। ਡਾਕਟਰ ਅਮਰਜੀਤ ਸਿੰਘ ਮਾਨ ਸਾਹਿਬ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਧੰਨਵਾਦ ਮਾਨ ਸਾਹਿਬ ਜੀ। ਡਾਕਟਰ ਸਾਹਿਬ ਤੁਸੀਂ ਜੀ ਮਿਹਰਬਾਨੀ ਜੀ, ਤੁਸੀਂ ਲਾਈਨ ਦੇ ਉਪਰ ਆ ਗਏ ਹੋ। ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ। ਸੁਨਾਮ ਵਿਧਾਨ ਸਭਾ ਤੋਂ ਵਿਧਾਇਕ ਬਣਨ ਲਈ ਤੁਸੀਂ ਉਮੀਦਵਾਰ ਹੋ, ਸੋ ਸਾਡੇ ਵੱਲੋਂ ਤੁਹਾਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਕਾਮੈਂਟ ਦੇਣਾ ਚਾਹਾਂਗਾ। ਬਦਕਿਸਮਤੀ ਇਹ ਰਹੀ ਹੈ ਕਿ ਅਜੋਕੀ ਸਿਆਸਤ ਸਮਾਜ ਸੇਵਾ ਦਾ ਜ਼ਰੀਆ ਬਣਨ ਦੀ ਥਾਂ ਇੱਕ ਧੰਦਾ ਬਣ ਕੇ ਰਹਿ ਗਈ ਹੈ। ਪਿਛਲੇ 6-7 ਦਹਾਕਿਆਂ ਤੋਂ ਰਵਾਇਤੀ ਪਾਰਟੀਆਂ, ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ ਹੈ, ਅਕਾਲੀ ਦਲ ਭਾਜਪਾ ਦਾ ਗਠਜੋੜ ਹੈ, ਬਦਲ ਬਦਲ ਕੇ ਆਉਂਦੇ ਰਹੇ ਨੇ। ਆਮ ਆਦਮੀ ਪਾਰਟੀ ਵੀ ਇਹਦੇ ਵਿਚ ਪਿਛਲੇ ਸਾਲਾਂ ਦੇ ਵਿਚੋਂ ਸ਼ਾਮਲ ਹੋ ਗਈ ਹੈ। ਉਹਦੇ ਤੇ ਵੀ ਕੁਝ ਥੋੜਾ ਬਹੁਤਾ ਗ੍ਰਹਿਣ ਲੱਗਿਆ ਹੋਇਆ ਇਹ ਲੋਕਾਂ ਦੇ ਕਾਮੈਂਟ ਨੇ, ਟਿੱਪਣੀਆਂ ਨੇ। ਸੋ ਤੁਹਾਡੇ ਕੋਲੋਂ ਇਸ ਸਮੁੱਚੀ ਬੈਕਗਰਾਉਂਡ ਦੇ ਸਿਲਸਿਲੇ ਨੂੰ ਧਿਆਨ ਚ ਰੱਖਦਿਆਂ ਹੋਇਆ, ਤੁਹਾਡੇ ਕੋਲੋਂ ਤੁਹਾਡੇ ਵਿਚਾਰ, ਤੁਹਾਡੇ ਤੁਸੀਂ ਕੀ ਟਿੱਪਣੀਆਂ ਦੇਣਾ ਚਾਹੋਗੇ ਤੋਂ ਆਪਾਂ ਸ਼ੁਰੂ ਕਰਨਾ ਚਾਹਾਂਗੇ ਜੀ। ਡਾਕਟਰ ਸਾਹਿਬ ਮਾਨ ਸਾਹਿਬ, ਪਹਿਲਾਂ ਤਾਂ ਮੈਨੂੰ ਸਭ ਤੋਂ ਵੱਡਾ ਆਪਦੇ ਮਨ ਨੂੰ ਸਕੂਨ ਹੈ ਕਿ ਜਿਹੜੇ ਸਾਡੇ ਕਿਸਾਨ ਯੋਧੇ 13 ਮਹੀਨੇ ਬਾਰਡਰਾਂ ਤੇ 3 ਕਾਲੇ ਕਾਨੂੰਨਾਂ ਵਿਰੁੱਧ ਲੜੇ ਨੇ ਔਰ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਆਏ ਨੇ, ਫਿਰ ਇੱਕ ਸੰਯੁਕਤ ਸਮਾਜ ਮੋਰਚਾ ਬਣਾਇਆ, ਉਹਨਾਂ ਵੱਲੋਂ ਮੈਨੂੰ ਉਮੀਦਵਾਰ ਬਣਾਉਣਾ ਸਰਾਮ ਤੋਂ ਮੇਰੇ ਲਈ ਬਹੁਤ ਮਨ ਨੂੰ ਸਕੂਨ ਸ਼ਾਂਤੀ ਹੈ ਜੀ। ਉਸ ਤੋਂ ਬਾਅਦ ਕੱਲ ਇੱਕ ਬਹੁਤ ਵੱਡੇ ਦੇਵਤਾ ਇਨਸਾਨ ਨੇ, ਉਹ USA ਤੋਂ 13 ਮਹੀਨਿਆਂ ਤੋਂ ਬਾਰਡਰਾਂ ਤੇ ਨੇ, ਹੁਣ ਉਹ ਲਗਾਤਾਰ ਰੌਲਾ ਪਾ ਰਹੇ ਸੀ ਕਿ ਆਓ ਵਿਧਾਨ ਸਭਾ ਚ ਜਿੱਤ ਕੇ ਜਾਈਏ, ਸਾਰੇ ਫੈਸਲੇ ਵਿਧਾਨ ਸਭਾ ਚ ਹੁੰਦੇ ਨੇ। ਡਾਕਟਰ ਸਵੈ ਮਾਨ ਸਿੰਘ, ਮੇਰਾ ਸਿਰ ਉੱਚਾ ਹੋ ਜਾਂਦਾ ਉਹਨਾਂ ਦਾ ਨਾਮ ਲੈ ਕੇ, ਉਹ ਕੱਲ ਆਪਦੇ ਸੱਚੇ ਸੁੱਚੇ ਹੱਥਾਂ ਨਾਲ ਸਨਾਮ ਆ ਕੇ ਦਫ਼ਤਰ ਦਾ ਉਦਘਾਟਨ ਕਰਕੇ ਗਏ ਨੇ। ਮੇਰੇ ਮਨ ਚ ਇੰਨਾ ਕੁ ਜ਼ਿਆਦਾ ਸਤਿਕਾਰ ਹੈ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ ਜੀ, 22 ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਸੰਯੁਕਤ ਸਮਾਜ ਮਾਨਸਾ ਮਨਾ ਲਿਆ ਗਿਆ,
ਕੱਲੇ ਕਿਸਾਨ ਨੀ ਸਾਰਾ ਸਮਾਜ ਬਾਰਡਰਾਂ ਤੇ ਰਿਹਾ ਸੀ, ਸਾਰੇ ਸਮਾਜ ਨੇ ਸਪੋਰਟ ਕੀਤੀ ਸੀ, ਹੁਣ ਵੀ ਸਾਰਾ ਸਮਾਜ ਲਿਆ ਗਿਆ ਜੀ, ਉਹ ਬਹੁਤ ਵੱਡੀ ਗੱਲ ਕੀਤੀ ਗਈ ਹੈ। ਜਿਹੜੇ ਵੀਰ ਸਾਡੇ ਬਹੁਤ ਸਤਿਕਾਰਤ ਬਜੁਰਗਾਂ ਵਰਗੇ ਬਾਹਰ ਨੇ ਯੂਨੀਅਨਾਂ, ਉਹਨਾਂ ਲਈ ਵੀ ਉਦੋਂ ਵੱਧ ਮਾਣ ਸਤਿਕਾਰ ਹੈ ਮਨ ਚ ਕਿ ਉਹ ਬਾਹਰੋਂ ਖੁੰਡਾ ਲੈ ਕੇ ਬੈਠਣਗੇ, ਸਾਡੇ ਤੇ ਚੈੱਕ ਰੱਖਣਗੇ, ਇਹ ਵੀ ਜ਼ਰੂਰੀ ਸੀਗਾ ਜੀ। ਡਾਕਟਰ ਸਾਹਿਬ ਬਹੁਤ ਚੰਗਾ ਕੀਤਾ ਤੁਸੀਂ ਜਿਵੇਂ ਆਪਣੇ ਓਪਨਿੰਗ ਰਿਮਾਰਕਸ ਇਹਦੇ ਉਪਰ ਦਿੱਤੇ ਨੇ। ਇਹ ਜਿਹੜਾ ਅਸਲ ਵਿਚ ਕਿਸਾਨੀ ਅੰਦੋਲਨ ਜਿਹੜਾ 13 ਮਹੀਨੇ ਚੱਲਿਆ ਔਰ ਜਿਹਦੀ ਫਤਿਹ ਜਿਹੜੀ ਹੈਗੀ ਹੈ ਉਹ ਸਿਰਫ ਪੰਜਾਬ ਭਾਰਤ ਜਾਂ ਮਤਲਬ ਨਾਲ ਵਾਲੇ ਸੂਬੇ ਹਰਿਆਣਾ ਜਾਂ ਦੱਖਣ ਦੀਆਂ ਸਟੇਟਾਂ ਵਾਸਤੇ ਨਹੀਂ, ਬਲਕਿ ਉਹਦੀ ਧਾਕ ਜਿਹੜੀ ਹੈਗੀ ਹੈ ਉਹ ਦੇਸ਼ਾਂ ਵਿਦੇਸ਼ਾਂ ਵਿਚ ਵੀ ਸੁਣਾਈ ਦਿੱਤੀ ਔਰ ਮਹਿਸੂਸ ਕੀਤਾ ਗਿਆ ਕਿ ਸੰਸਾਰ ਭਰ ਵਿਚ ਅੱਜ ਤੀਕ ਕਿਸੇ ਵੀ ਹੋਰ ਕਿਸਾਨ ਜਥੇਬੰਦੀ ਦਾ ਸੰਸਾਰ ਭਰ ਵਿਚ ਇਸ ਕਿਸਮ ਦੀ ਸਫਲਤਾ ਨਹੀਂ ਮਿਲੀ, ਇਸ ਕਿਸਮ ਦੇ ਰਿਜ਼ਲਟ ਨਹੀਂ ਮਿਲੇ ਜਿਸ ਕਿਸਮ ਦੀ ਸਫਲਤਾ ਦਿੱਲੀ ਵਾਲੇ ਮੋਰਚੇ ਨੇ ਕੀਤੀ ਹੈ। ਸੋ ਵਾਕਿਆ ਹੀ ਆਪਣੇ ਆਪ ਵਿਚ ਬਹੁਤ ਇਤਿਹਾਸਕ ਗੱਲਾਂ ਜਿਹੜੀਆਂ ਹੈਗੀਆਂ ਨੇ ਵਾਪਰ ਰਹੀਆਂ ਨੇ। ਪਰ ਮੈਂ ਤੁਹਾਡੇ ਕੋਲੋਂ ਹੌਲੀ ਹੌਲੀ ਇਹ ਸਾਰੀ ਗੱਲ ਦੀ ਬੈਕਗਰਾਉਂਡ ਸਮਝਣਾ ਚਾਹਾਂਗਾ। ਇਕ ਹਿੱਸਾ ਇਹ ਵੀ ਸੀ ਉਸ ਅੰਦੋਲਨ ਦਾ ਜਿਹੜਾ ਇਲੈਕਸ਼ਨ ਨਾ ਲੜਨ ਵਾਸਤੇ ਵੀ ਸੀ ਔਰ ਪ੍ਰੈਸ਼ਰ ਗਰੁੱਪ ਦੇ ਤੌਰ ਦੇ ਉਪਰ ਹੀ ਉਹ ਕੰਮ ਕਰਨਾ ਚਾਹੁੰਦੇ ਨੇ ਜਿਵੇਂ ਪਹਿਲਾਂ ਵੀ ਕਰਦੇ ਰਹੇ ਨੇ। ਇਹਦੇ ਬਾਰੇ ਵੀ ਤੁਹਾਡੀ ਓਪੀਨੀਅਨ ਜਾਣਨਾ ਚਾਹਵਾਂਗੇ ਕਿ ਤੁਸੀਂ ਕਿਵੇਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਜਾਂ ਕਿਵੇਂ ਸੋਚਦੇ ਹੋ ਕਿ ਇਕ ਇਹ ਚੰਗੀ ਅਪਰਚੁਨਿਟੀ ਹੈ ਜਾਂ ਚੰਗਾ ਅਵਸਰ ਹੈ ਇਸ ਵੇਲੇ ਜਿਸ ਨੂੰ ਸੰਭਾਲਣਾ ਜ਼ਰੂਰੀ ਸੀ। ਜੀ ਡਾਕਟਰ ਸਾਹਿਬ। ਮਨ ਸਾਹਿਬ, ਅਸੀਂ ਤਾਂ ਜੀ ਥੋੜੇ ਦਿਨ ਪਹਿਲਾਂ 19 ਦਸੰਬਰ ਨੂੰ ਇੱਕ ਸੈਮੀਨਾਰ ਕੀਤਾ ਸੀ ਸੰਗਰੂਰ, ਮੇਰੇ ਕਿਨਕ ਤੇ ਹੀ ਸਰਦਾਰ ਹਮੀਰ ਸਿੰਘ ਉੱਘੇ ਚਿੰਤਕ ਆਏ ਸੀ। ਉਹਦੇ ਚੋ ਸਾਰੇ ਦੇ ਵਿੱਚੋਂ ਨਿਚੋੜ ਇਹੀ ਨਿਕਲਿਆ ਸੀ ਕਿ ਜਿਹੜੀਆਂ ਜਥੇਬੰਦੀਆਂ ਲੜਨਾ ਚਾਹੁੰਦੀਆਂ ਨੇ ਉਹ ਲੜਨ, ਮੈਦਾਨ ਚ ਉਤਰਨ, ਜਿੱਤ ਕੇ ਜਾਣ, ਜਿਹੜੀਆਂ ਬਾਹਰ ਨੇ ਉਹ ਵੀ ਉਨੀ ਹੀ ਜ਼ਰੂਰੀ ਨੇ। ਇੱਕ ਤੇਰਾ ਕੁਝ ਤੇਰਾ ਬਾਹਰ ਵੀ ਹੋਣ, ਕੁਝ ਜੋਣਾ ਜਿੱਤ ਕੇ ਅੰਦਰ ਵੀ ਹੋਣ, ਤਾਂ ਇਹਦੇ ਚ ਕੋਈ ਵੀ ਇਹ ਨੀ ਲੱਗਿਆ ਸੀ ਕਿ ਜਿਹੜੇ ਬਾਹਰ ਨੇ ਕੋਈ ਉਹ ਮਾੜਾ ਨੇ, ਕੋਈ ਉਹ ਸਾਡੇ ਲਈ ਸਤਿਕਾਰਤ ਨਹੀਂ ਹੈ। ਇਹ ਨਿਚੋੜ ਕੱਢਿਆ ਸੀ ਕਿ ਇੱਕ ਅੰਦਰ ਜਿੱਤ ਕੇ ਜਾਣ, ਇੱਕ ਬਾਹਰ ਖੁੰਡੇ ਵਾਲੇ ਹੋਣ। ਹਾਂ, ਜੇ ਕਿਤੇ ਏਦਾਂ ਦਾ ਮਤਾ ਪਾਸ ਹੋ ਜਾਂਦਾ ਜਾਂ ਹੋ ਜਾਵੇ ਵਾਹਿਗੁਰੂ ਵੱਲੋਂ ਕਿ ਉਹ ਸਤਿਕਾਰਤ ਵਿਚ ਨਾ ਸ਼ਾਮਲ ਹੋਏ, ਨਾ ਚੋਣਾਂ ਚ ਉਹਨਾਂ ਦੇ ਹਿੱਸਾ ਲੈਣ ਦਾ ਨਿਯਮ ਹੈ, ਨਾ ਉਹ ਕੈਂਡੀਡੇਟ ਖੜੇ ਕਰਦੇ ਨੇ, ਉਹਨਾਂ ਦੇ ਨਿਯਮ ਨੇ। ਪਰ ਜੇ ਕਿਤੇ ਇਹ ਹੋ ਜਾਏ ਜਿਵੇਂ ਇੱਕ ਇਤਿਹਾਸ ਰਚਿਆ, 13 ਮਹੀਨੇ 32 ਕਿਸਾਨ ਯੂਨੀਅਨ ਨੇ ਮਾਨ ਸਾਹਿਬ ਇਕੱਠੇ ਰਹਿਣਾ, ਕੋਈ ਚਾਰ ਨੀ ਇਕੱਠੇ ਰਹਿੰਦੇ, ਚਾਰ ਪਰਿਵਾਰ ਦੇ ਜੀ ਨੀ ਇਕੱਠੇ ਰਹਿੰਦੇ, ਜੇ ਕਿਤੇ ਅਖੀਰ ਨੂੰ ਉਹ ਇਹ ਨਾਰਾ ਮਾਰ ਦੇਣ ਕਿ ਅਸੀਂ ਬਾਹਰ ਖੁੰਡਾ ਲੈ ਕੇ ਬੈਠੇ ਹੋਏ। ਪਰ ਕਿਸਾਨੋ, ਤੁਸੀਂ ਅੱਜ ਮੌਕਾ ਨਾ ਖੰਜਾਓ, ਜੇ ਉਹਨਾਂ ਨੂੰ ਜਚੇ, ਸਾਡੀ ਇੱਕ ਅਪੀਲ ਹੈ ਕਿ ਵੋਟ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਕੈਂਡੀਡੇਟਸ ਨੂੰ ਪਾ ਦਿਓ, ਜੇ ਤੁਹਾਨੂੰ ਕੋਈ ਕੈਂਡੀਡੇਟ ਮਾੜਾ ਲੱਗਦਾ ਹੈ ਮੰਨ ਲਓ ਉਹਨੂੰ ਨਾ ਪਾਓ। ਕੱਲ ਡਾਕਟਰ ਸਵੈਮਾਨ ਸਿੰਘ ਦਾ ਵੀ ਇਹੀ ਸੀ ਕਿ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ, ਅਸੀਂ ਬਹੁਤ ਸੌਖੀ ਤਰ੍ਹਾਂ ਇਹ ਜਿੱਤ ਪ੍ਰਾਪਤ ਕਰ ਲਵਾਂਗੇ ਜੀ। ਤੇ ਮਾਨ ਸਾਹਿਬ, ਮੈਂ ਇਹ ਦੇਖਿਆ ਇੰਨੇ ਸਾਲਾਂ ਤੋਂ ਕਿ ਕੱਲੇ ਸੋਸ਼ਲ ਵਰਕ ਕਰਨ ਨਾਲ ਕੁਝ ਨਹੀਂ ਬਣਦਾ ਜੀ। ਜਿੰਨਾ ਚਿਰ ਵਿਧਾਨ ਸਭਾ ਚ ਚੰਗੇ ਇਮਾਨਦਾਰ ਨਸ਼ਾ ਰਹਿਤ ਨਹੀਂ ਜਾਣਗੇ, ਉਹਦੀ ਸਫਾਈ ਨਹੀਂ ਹੋਊਗੀ ਉੱਥੇ ਕੂੜੇ ਦੀ, ਉਹਨਾਂ ਚਿਰ ਪੰਜਾਬ ਨੂੰ ਕੀ ਪੂਰੇ ਦੇਸ਼ ਨੂੰ ਲੋਕ ਸਭਾ ਜਿੱਦਾਂ ਜਾਣ 2024 ਚ ਨਹੀਂ ਬਚਾਇਆ ਜਾ ਸਕਦਾ। ਅੱਜ ਬੱਚੇ ਪ੍ਰਵਾਸ ਕਰੀ ਜਾਂਦੇ ਆ, ਪ੍ਰਵਾਸ ਕਰੀ ਜਾਂਦੇ ਆ, ਇੱਕ ਧੀ ਆ ਉਹ ਵੀ ਜਾ ਰਹੀ ਹੈ, ਇੱਕ ਮੁੰਡਾ ਉਹ ਵੀ ਜਾ ਰਿਹਾ, ਚੰਗੀ ਜ਼ਮੀਨ ਉਹ ਵੀ ਜਾ ਰਿਹਾ। ਸਿਸਟਮ ਤੋਂ ਇੰਨੇ ਦੁਖੀ ਨੇ ਜੀ, ਸਿਸਟਮ ਤੇ ਵਿਸ਼ਵਾਸ ਖਤਮ ਹੋ ਗਿਆ, ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਨਹੀਂ ਮਿਲਣਾ ਔਰ ਇਹ ਨਸ਼ਿਆਂ ਤੇ ਲੱਗ ਜਾਣਗੇ। ਨਸ਼ਿਆਂ ਦਾ ਇੰਨਾ ਕੁ ਵੱਡਾ ਡਰ ਹੈ ਬੈਠ ਗਿਆ ਜੀ ਮਨ ਦੇ ਵਿੱਚ ਕਿ ਸਾਡੇ ਤਾਂ ਬੱਚੇ ਨਸ਼ਿਆਂ ਤੇ ਲੱਗ ਜਾਣਗੇ। ਬਥੇਰਾ ਸਮਝਾਈ ਦਿਆ ਕਿ ਤੁਹਾਡੇ ਕੋਲ ਤਾਂ ਇੰਨੀ ਜ਼ਮੀਨ ਹੈ, ਤੁਸੀਂ ਤਾਂ ਨਾ ਭੇਜੋ, ਆਓ ਆਪਾਂ ਪੰਜਾਬ ਨੂੰ ਰੰਗਲਾ ਬਣਾ ਲਈਏ। ਪਰ ਉਹਨਾਂ ਦੇ ਮਨ ਚ ਇੱਕ ਵਿਸ਼ਵਾਸ ਨਹੀਂ ਰਿਹਾ ਜੀ। ਆਓ ਅਸੀਂ ਦਿਨ ਰਾਤ ਦੇ ਨਾਲ ਉਹਨਾਂ ਦੇ ਵਿਸ਼ਵਾਸ ਪੈਦਾ ਕਰੀਏ, ਚੰਗੇ ਲੋਕਾਂ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜੀਏ। ਸਾਰੇ ਹੀ ਮਸਲੇ
बहुत कुछ घट ने जेडे सानू कदे केंद्र नाल संघर्ष करना पऊगा करांगे। उत्थे द्वारा बॉर्डर ते बैठना पैंदा एमएसपी ते खरीद जरूरी असीं बैठांगे। साडे होर जिहड़ियां मंगां जे रहिणियां ने नहीं लागू करदे असीं बैठांगे। पर मैनू लगदा कि 90% तों वध उह पंजाब विधानसभा च ही मन्नियां जा सकदियां ने। मान साहब बिल्कुल थोड़ा बिल्कुल जिहड़ी इह ओपीनियन हैगी है कि देखो दो गल्लां ने। एक तो प्रेशर ग्रुप जिहड़ा हैगा वह केवल प्रेशर ग्रुप के तौर के उपर आपां वेख लिया पिछले 50-60 सालां तों प्रेशर ग्रुप तो पहला भी सीगा ही ते अपने विधान सभा भी सीगियां। किन्ना क प्रेशर ग्रुप जिहड़े हैगे ने किन्नियां क इहो जिहियां मुश्किलां ने किसानी जां कोई होर जिहड़ियां हल करवा सके जरूर कुछ होणगियां। पर मेरा ख्याल है भी अज तक कदी ऐसा नहीं होया कि उन्हां नूं इह लगे कि जी सानू जिहड़े बाहर प्रेशर ग्रुप है सिर्फ असी तो उन्हां तों ही सानू कोई डर है जां भय है दूजियां दा सानू नहीं। मैनूं लगदी है जिवें तुसीं अपनी आदर योग ओपीनियन दित्ती है कि कई बार जे तुसीं सरकार दा हिस्सा ही बने होवो जां खुद ही सरकार होवो ते ओह जिहड़ियां मुश्किलां जिन्हां दे पिछे सानू सत्याग्रह करने पैंदे ने सानू तालाबंदी करवानी पैंदी है सानू जिहड़े हैगे रस्ते बंद करने पैंदे ने किन्ना किन्ना कुछ करना पैंदा हैगा किसी गल नूं मनवाउण वास्ते ओह कोई सौखा काम नहीं है। और इह भी हुंदा भी जिस किस्म दी इह किसान अंदोलन जिहदा आपां हुणे जिक्र करके हटे हां इस किस्म दा अंदोलन हर दूजे तीजे दिन नहीं कीता जा सकदा। ਇਹ ਤਾਂ ਕਦੇ ਹਿਸਟਰੀ ਦੇ ਵਿਚ ਕਦੀ ਐਸਾ ਸਮਾਂ ਬਣਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹਨੂੰ ਉਹ ਬਣਾਏ ਹੋਏ ਕਾਨੂੰਨ ਵਾਪਸ ਲੈਣੇ ਪੈ ਗਏ। ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਆਪਣੇ ਆਪ ਚ ਇੱਕ ਇਤਿਹਾਸਕ ਫੈਸਲਾ ਹੈ। ਪਰ ਇਹਦਾ ਕਾਰਨ ਵੀ ਇਹ ਸੀ ਵੀ ਜੇ ਉਹ ਯੂਪੀ ਦੀਆਂ ਇਲੈਕਸ਼ਨਾਂ ਹੋਰ 5 ਸੂਬਿਆਂ ਦੀਆਂ ਇਲੈਕਸ਼ਨਾਂ ਡਾਕਟਰ ਸਾਹਿਬ ਜੇ ਡਿਊ ਨਾ ਹੁੰਦੀਆਂ ਆਪਾਂ ਨੂੰ ਪਤਾ ਹੈ ਕੋਈ ਫੈਡਰਲ ਸਰਕਾਰ ਜਿਹੜੀ ਹੈਗੀ ਹੈ ਛੇਤੀ ਕੀਤਿਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਮੰਨਣ ਵਾਸਤੇ ਤਿਆਰ ਨਹੀਂ ਹੁੰਦੀ। ਪਰ ਕਿਉਂਕਿ ਖੇਤੀਬਾੜੀ ਜਿਹੜੀ ਹੈਗੀ ਹੈ ਇਹ ਤਾਂ ਸਟੇਟ ਦਾ ਸਬਜੈਕਟ ਹੈ ਇਹ ਤਾਂ ਸਟੇਟ ਦੇ ਅਧਿਕਾਰ ਖੇਤਰ ਵਿਚ ਹੀ ਆਉਂਦੀ ਹੈ। ਇਹ ਤਾਂ ਬਲਕਿ ਉਹਨਾਂ ਨੇ ਆਪਣੀ ਜ਼ਿਆਦਤੀ ਕਰਕੇ ਇਹਨੂੰ ਮੱਲੋ ਮੱਲੀ ਆਪਣੇ ਗਲ ਪਾਇਆ ਤੇ ਫਿਰ ਉਦੋਂ ਬਾਅਦ ਉਹਨੂੰ ਲਾਉਣਾ ਔਖਾ ਹੋਇਆ ਉਹ ਆਪ ਹੀ ਫਸ ਗਏ ਆਪਣੀ ਗੱਲ ਦੇ ਵਿਚ। ਚਲੋ ਇਹ ਵੀ ਕੁਦਰਤ ਦੀ ਕੋਈ ਐਸੀ ਖੇਡ ਸੀਗੀ। ਪਰ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਮੇਰਾ ਖਿਆਲ ਇਸ ਵੇਲੇ ਬਹੁਤ ਸੂਝਵਾਨ ਸਰੋਤੇ ਦੇਸ਼ ਵਿਦੇਸ਼ ਦੇ ਸਾਡੇ ਨਾਲ ਬੇਅੰਤ ਜੁੜੇ ਹੋਏ ਨੇ ਔਰ ਉਹ ਵੀ ਸ਼ਾਇਦ ਸਹਿਮਤ ਹੋਣਗੇ ਕਿ ਹਾਂ ਦੋਵੇਂ ਗੱਲਾਂ ਹੀ ਨੇ। ਇਹਦਾ ਮਤਲਬ ਹੈ ਵੀ ਉਪਰਲੇ ਬੰਨੇ ਜ਼ਾਬਤੇ ਵਾਸਤੇ ਜਿਵੇਂ ਹਾਥੀ ਦੇ ਉਪਰ ਇਕ ਕੁੰਡਾ ਰੱਖਣ ਵਾਲੀ ਗੱਲ ਆਪਾਂ ਕਹਿੰਦੇ ਹੁੰਦੇ ਹਾਂ ਉਹ ਵੀ ਚਾਹੀਦਾ। ਐਸਾ ਵੀ ਨਹੀਂ ਕਿ ਕੋਈ ਸਾਰੀਆਂ ਤਾਕਤਾਂ ਜਿਹੜੀਆਂ ਸਰਕਾਰ ਦੇ ਕੋਲ ਆ ਜਾਣ ਤੇ ਉਨ੍ਹਾਂ ਨੂੰ ਕੋਈ ਉਪਰਲੇ ਬੰਨੇ ਕੋਈ ਉਹਨੂੰ ਰੋਕਣ ਵਾਲਾ ਨਾ ਹੋਵੇ ਟੋਕਣ ਵਾਲਾ ਨਾ ਹੋਵੇ ਕੋਈ ਉਹਨਾਂ ਦੇ ਕੰਨ ਨੂੰ ਫੜਨ ਵਾਲਾ ਨਾ ਹੋਵੇ। ਮੇਰਾ ਖਿਆਲ ਹੈ ਇਹ ਸੰਸਥਾਵਾਂ ਦਾ ਸ਼ਾਇਦ ਜਿਹੜਾ ਇਹ ਰੋਲ ਹੈ ਇਹ ਬਣਿਆ ਰਹੂਗਾ ਹਮੇਸ਼ਾ ਹੀ ਬਣਿਆ ਰਹਿਣਾ ਚਾਹੀਦਾ। ਪਰ ਜੇ ਇਹ ਗੱਲਾਂ ਜਿਹੜੀਆਂ ਹੈਗੀਆਂ ਉਹਦਾ ਬਹੁਤ ਹਿੱਸਾ ਜਿਹੜਾ ਹੈਗਾ ਅਸੀਂ ਲੈਜਿਸਲੇਟਿਵ ਦੇ ਵਿਚ ਹੀ ਅਸੀਂ ਹੱਲ ਕਰ ਲਈਏ ਇਹ ਮੁਸ਼ਕਲਾਂ ਬਣਨ ਨਹੀਂ ਨਾ ਤਾਂ ਮੇਰਾ ਖਿਆਲ ਹੈ ਇਹ ਵੀ ਜਿਹੜਾ ਮੌਕਾ ਜਿਹੜਾ ਹੈਗਾ ਇਹਨੂੰ ਗੁਆਇਆ ਨਹੀਂ ਜਾਣਾ ਚਾਹੀਦਾ। ਹੋਰ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ? ਹਾਂ ਮਾਨ ਸਾਹਿਬ ਵੱਡੀ ਗੱਲ ਇਹੀ ਹੈ ਜੀ ਇਹ 3 ਕਾਲੇ ਕਾਨੂੰਨ ਗਲਤ ਬਣੇ ਸੀਗੇ ਜੀ। ਸਾਡੀਆਂ ਕਿਸਾਨ ਯੂਨੀਅਨਾਂ ਦਾ ਮੋਰਚਾ ਇਹੀ ਕਹਿੰਦਾ ਸੀ ਕਿ ਸੈਂਟਰ ਕੋਲੇ ਅਧਿਕਾਰ ਨਹੀਂ ਹੈ ਖੇਤੀਬਾੜੀ ਸਟੇਟ ਸਬਜੈਕਟ ਹੈ। ਮੀਟਿੰਗਾਂ ਹੋਈਆਂ ਜੀ 22 ਜਨਵਰੀ ਨੂੰ ਲਾਸਟ ਮੀਟਿੰਗ ਹੋਈ ਉਦੋਂ ਵੀ ਉਹਨਾਂ ਉਹ ਮੰਨ ਜਾਂਦੇ ਸੀ ਉਹ ਮੰਨ ਕੇ ਉੱਠ ਕੇ ਫੇਰ ਖੇਤੀ ਮੰਤਰੀ ਮਗਰਲੇ ਕਮਰੇ ਜਾਂਦੇ ਸੀ ਪ੍ਰਧਾਨ ਮੰਤਰੀ ਤੋਂ ਪੁੱਛਣ ਵਾਸਤੇ। ਉਹ ਪਤਾ ਸੀ ਉਹਨੂੰ ਕਿ ਅਸੀਂ ਗਲਤ ਪੰਗਾ ਲਿਆ ਹੋਇਆ ਔਰ ਪੰਗਾ ਇਹਨਾਂ ਨਾਲ ਲਿਆ ਹੋਇਆ ਕਿਸਾਨਾਂ ਨਾਲ ਤੇ ਇਹ ਕਾਨੂੰਨ ਖੇਤੀਬਾੜੀ ਬਾਰੇ ਉਹ ਨਹੀਂ ਬਣਾ ਸਕਦੇ ਸੀ ਖੇਤੀਬਾੜੀ ਸਟੇਟ ਸਬਜੈਕਟ ਹੈ। ਇਸੇ ਕਰਕੇ ਮੈਂ ਕਹਿ ਰਿਹਾ ਮਾਨ ਸਾਹਿਬ ਬਾਹਰ ਜੋ ਮਰਜ਼ੀ ਅਸੀਂ ਰੌਲਾ ਪਾਈ ਚੱਲੀਏ ਜੇ ਅਸੀਂ ਜਿੱਤ ਕੇ ਜਾਂਦੇ ਹਾਂ ਇੱਕ ਕਿਸਾਨ ਜਿਹੜਾ MLA ਜਿੱਤ ਕੇ ਜਾਊਗਾ ਉਹ ਖੇਤੀਬਾੜੀ ਮੰਤਰੀ ਹੋਊਗਾ। ਮਾਨ ਸਾਹਿਬ ਉਹ ਅਗਲੇ ਦਿਨ ਹੀ ਦਸਤਖਤ ਕਰਕੇ ਜਿੰਨਾ ਮਰਜ਼ੀ ਬਦਲਾਅ ਲਿਆਵੇ ਖੇਤੀ ਚ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੀਆਂ ਮੰਨ ਸਕਦਾ। ਖੇਤੀ ਨੂੰ ਤਾਂ ਇੱਕ ਬਹੁਤ ਵੱਡਾ
ਹੁਲਾਰਾ ਮਿਲੇਗਾ। ਕੋਈ ਵੀ ਗੱਲ ਮੈਨੂੰ ਦੱਸ ਦਿਓ ਕਿ ਜਿਹੜੀ ਨਾ ਮੰਨਣ ਯੋਗ ਹੋਵੇ, ਮੰਨੀ ਨਾ ਜਾ ਸਕਦੀ ਹੋਵੇ, ਸਾਰੀਆਂ ਗੱਲਾਂ ਜਾਇਜ਼ ਨੇ ਗੱਲ ਕਰ। ਪਰ ਇਹ ਸਾਰੇ ਜਿਹੜੇ ਨੇ ਕਾਰਪੋਰੇਟ ਪੱਖੀ ਨੇ ਜੀ, ਜਿੰਨੀਆਂ ਵੀ ਇਹ ਪਾਰਟੀਆਂ ਨੇ ਕਾਰਪੋਰੇਟ ਇਹਨਾਂ ਨੂੰ ਚਲਾਉਂਦੇ ਨੇ, ਪਰ ਜਦੋਂ ਸਾਡੇ ਕਿਸਾਨ ਚਲਾਉਣਗੇ, ਸਾਡੇ ਮਜ਼ਦੂਰ ਹੋਣਗੇ, ਸਾਡੇ ਉਹਦੇ ਚ ਸਾਰਾ ਸਮਾਜ, ਅਧਿਆਪਕ, ਮੁਲਾਜ਼ਮ ਵਰਗ, ਛੋਟਾ ਦੁਕਾਨਦਾਰ, ਆੜ੍ਹਤੀ, ਇਹ ਸਾਰੇ ਹੋਣਗੇ, ਤਾਂ ਉਹ ਆਪੋ ਆਪਣੀਆਂ ਮੰਗਾਂ ਉੱਥੇ ਜਦੋਂ ਮਰਜ਼ੀ ਸੰਬੰਧਿਤ ਮੰਤਰੀ ਤੋਂ ਲਾਗੂ ਕਰਾ ਲੈਣਗੇ ਜੀ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਜਦੋਂ ਮੈਂ ਵਿਦਿਆਰਥੀ ਸੀ 1980 ਦੇ ਵਿੱਚ, ਅਸੀਂ 3 ਮਹੀਨੇ ਹੜਤਾਲ ਕੀਤੀ ਕਿ ਹੋਮਿਓਪੈਥੀ ਮੈਡੀਕਲ ਕਾਲਜ ਯੂਨੀਵਰਸਿਟੀ ਨਾਲ ਅਫੀਲੀਏਟ ਕਰੋ, ਜਿਹੜੀ ਕੌਂਸਲ ਹੈ ਉਹਦੇ ਤੇ ਕੋਈ ਨਿਯਮ ਲਾਗੂ ਨਹੀਂ ਉਹ ਕਰਦੀ ਚੰਗੀ ਤਰ੍ਹਾਂ। ਅਸੀਂ ਅਖੀਰ ਨੂੰ ਸਟ੍ਰਾਈਕ ਫੇਲ ਹੋ ਗਈ ਕਿਉਂਕਿ ਇੱਕ ਗਰੁੱਪ ਧੋਖਾ ਦੇ ਗਿਆ ਜੀ ਸਾਨੂੰ। ਉਦੋਂ ਮਾਨ ਸਾਹਿਬ, ਫਿਰ 20 ਸਾਲਾਂ ਬਾਅਦ ਜਦੋਂ ਕੌਂਸਲ ਦੀਆਂ ਚੋਣਾਂ ਆਈਆਂ ਹੋਮਿਓਪੈਥੀ ਦੀਆਂ, ਫਿਰ ਅਸੀਂ ਇੱਕ ਸਾਡੇ ਦੋਸਤ ਨੂੰ ਜਿਤਾਇਆ 4 ਜ਼ਿਲ੍ਹਿਆਂ ਦੇ ਵਿੱਚੋਂ ਵੋਟਾਂ ਇੱਕ ਇੱਕ ਮੈਂਬਰ ਨੂੰ ਪੈਣੀਆਂ ਸੀ, ਡਾਕਟਰ ਭੁਪਿੰਦਰ ਸਿੰਘ ਗਿੱਦੜਵੇ ਤੋਂ ਜਿੱਤ ਕੇ ਉਹ ਚੇਅਰਮੈਨ ਬਣੇ। ਚੇਅਰਮੈਨ ਬਣੇ ਅਸੀਂ ਅਗਲੇ ਦਿਨ ਹੀ, ਪਹਿਲੇ ਦਿਨ ਜਿਵੇਂ ਕਹਿੰਦਾ ਕਿ ਖੇਤੀ ਮੰਤਰੀ ਪਹਿਲੇ ਦਿਨ ਹੀ ਕਰ ਸਕਦਾ, ਅਸੀਂ ਗਏ ਤੇ ਉੱਥੇ ਜਾ ਕੇ ਪਹਿਲੇ ਦਿਨ ਹੀ ਕੌਂਸਲ ਆਫ ਹੋਮਿਓਪੈਥਿਕ ਸਿਸਟਮ ਮੈਡੀਸਨ ਤੋਂ ਮਤਾ ਪਾਇਆ ਕਿ ਸਾਰੇ ਕਾਲਜ ਜਿਹੜੇ ਹੋਮਿਓਪੈਥਿਕ ਯੂਨੀਵਰਸਿਟੀ ਨਾਲ ਜੋੜੇ ਜਾਣ, ਔਰ ਉਸ ਨਾਲ ਦੀ ਨਾਲ ਜੁੜ ਗਏ ਜੀ, ਜਿਹੜਾ ਐਡਾ ਵੱਡਾ ਅਸੀਂ ਹੜਤਾਲਾਂ ਕਰਕੇ ਨਹੀਂ ਕਰਾ ਸਕੇ ਸੀਗੇ। ਤਾਂ ਮੈਂ ਤਾਂ ਇਸ ਮਤ ਦਾ ਪੱਕਾ, ਮੈਂ ਬਾਬੇ ਸੀਚੇਵਾਲ ਜੀ ਨੂੰ ਵੀ ਕਹਿੰਦਾ ਹੁੰਦਾ, ਬਾਬਾ ਜੀ ਆ ਜਾਓ, ਜੇ ਤੁਸੀਂ ਮੰਨ ਲਓ ਵਾਤਾਵਰਨ ਮੰਤਰੀ ਹੋਵੋ, ਜੋ ਤੁਹਾਡੇ ਮਨ ਦੀਆਂ ਨੇ ਤੁਸੀਂ ਅਗਲੇ ਦਿਨ ਹੀ ਪੂਰੀਆਂ ਕਰ ਲਓਗੇ। ਮੈਂ ਡਾਕਟਰ ਇੰਦਰਜੀਤ ਕੌਰ ਭੈਣ ਜੀ ਨੂੰ ਸਤਿਕਾਰਤ ਨੂੰ ਕਹਿੰਦਾ ਹੁੰਦਾ, ਜੋ ਤੁਸੀਂ ਪਿੰਗਲਵਾੜਾ ਐਡੋ ਵੱਡਾ ਚਲਾ ਰਹੇ ਹੋ ਉਹਦੇ ਨਾਲ ਸੰਬੰਧਿਤ, ਜੋ ਕੁਝ ਵੀ ਅਗਲੇ ਦਿਨ ਹੀ ਮਨਾ ਲਓਗੇ। ਮੈਂ ਅਮਰਿੰਦਰ ਦਾਸ ਜੀ ਨੂੰ ਕਹਿੰਦਾ ਹੁੰਦਾ ਕਿ ਤੁਸੀਂ 20 ਸਾਲਾਂ ਤੋਂ ਕੁਦਰਤੀ ਖੇਤੀ ਤੇ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰ ਜੇ ਮੰਨ ਲਓ ਤੁਸੀਂ ਸੋਚ ਕੇ ਦੇਖੋ ਕਿ ਜੇ ਤੁਸੀਂ ਖੇਤੀ ਮੰਤਰੀ ਹੋਵੋ ਤੇ ਤੁਸੀਂ ਕੁਦਰਤੀ ਖੇਤੀ, ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਨਾਲ ਜੁੜੇ ਹੋਏ ਨੇ, ਜਦੋਂ ਮਰਜ਼ੀ ਸਾਰੀਆਂ ਗੱਲਾਂ ਲਾਗੂ ਕਰਾ ਲਓ ਜੀ। ਮਾਨ ਸਾਹਿਬ, ਮੈਂ ਤਾਂ ਬਹੁਤ ਇਸ ਗੱਲ ਦੇ, ਡਾਕਟਰ ਸਵੈਭਾਨ ਸਿੰਘ ਜਿਵੇਂ ਰੌਲਾ ਪਾ ਰਹੇ ਨੇ ਸੰਘਰਸ਼ ਜਿੱਤਣ ਤੋਂ ਬਾਅਦ, ਮੈਂ ਤਾਂ ਜਦੋਂ ਵੀ ਧਰਨਾ ਹੁੰਦਾ ਸੀ ਮੇਰੇ ਕਲੀਨਿਕ ਦੇ ਨੇੜੇ ਹੀ ਹੁੰਦਾ ਸੀ, ਸਾਰਾ ਦਿਨ ਉਸ ਦਿਨ ਧਰਨੇ ਚ ਰਹੀਦਾ ਸੀ ਹਸਪਤਾਲ ਕੋਲੇ, ਤੇ ਉੱਥੇ ਮੇਰੀ ਇੱਕੋ ਗੱਲ ਹੁੰਦੀ ਸੀ ਕਿ ਤੁਸੀਂ ਇਹਨਾਂ ਨੂੰ, ਰਾਜਨੀਤੀਵਾਨਾਂ ਨੂੰ ਸਟੇਜ ਤੇ ਨਹੀਂ ਬੋਲਣ ਦੇ ਰਹੇ, ਬਹੁਤ ਜ਼ਿਆਦਾ ਵੱਡਾ ਫੈਸਲਾ, ਬਹੁਤ ਵਧੀਆ ਫੈਸਲਾ, ਤਾਹੀਓ ਅੰਦੋਲਨ ਸਫਲ ਹੋਊਗਾ, ਸ਼ਾਂਤਮਈ ਅੰਦੋਲਨ ਚੱਲੂਗਾ ਤਾਹੀਓ ਸਫਲ ਹੋਊਗਾ, ਭੜਕਣਾ ਨਹੀਂ ਆਪਾਂ। ਤੇ ਮੈਂ ਕਹਿੰਦਾ ਹੁੰਦਾ ਸੀ ਇਹ ਨਾ ਕਰਿਓ, ਸੰਘਰਸ਼ ਜਿੱਤਣ ਤੋਂ ਬਾਅਦ 2022 ਦੇ ਵਿੱਚ ਇਹਨਾਂ ਨੂੰ ਵੋਟਾਂ ਨਾ ਪਵਾ ਦਿਓ। ਨੋਟਾਂ ਦੱਬ ਕੇ ਵੀ ਸਾਨੂੰ ਫਾਇਦਾ ਨਹੀਂ ਸੀ, ਨੋਟਾਂ ਤੇ ਬਹੁਤ ਕੰਮ ਕੀਤਾ ਜੀ, ਉਹ ਵੀ ਕਹੇ ਟੁੱਥਲੈਸ ਹੈ। ਤਾਂ ਮੇਰੀ ਤਾਂ ਇਹੀ ਅਪੀਲ ਹੁੰਦੀ ਸੀ, ਤੇ ਡਾਕਟਰ ਸਵੈਮਾਨ ਸਿੰਘ ਤਾਂ ਬਹੁਤ ਬੋਲੇ ਨੇ ਇਸ ਗੱਲ ਤੇ ਜੀ, ਔਰ ਇਹ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਚ ਚੰਗੇ ਲੋਕਾਂ ਤੋਂ ਜਿੱਤ ਕੇ ਜਾਣਾ। ਡਾਕਟਰ ਸਾਹਿਬ, ਮੇਰਾ ਖਿਆਲ ਸਰੋਤਿਆਂ ਨੂੰ ਮੈਂ ਵੀ ਇੱਕ ਵਾਰੀ ਇੱਕ ਗੱਲ ਫੇਰ ਦੁਬਾਰਾ ਤੁਹਾਡੇ ਵੱਲੋਂ ਹੀ ਸਾਂਝੀ ਕਰ ਲੈਣਾ। ਡਾਕਟਰ ਸਵੈਮਾਨ ਸਿੰਘ ਦੋਸਤੋ, ਜੇ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਕਾਰਡੀਆਲੋਜਿਸਟ ਨੇ, ਅਮੈਰੀਕਨ ਡਾਕਟਰ ਨੇ, ਔਰ ਮੇਰਾ ਖਿਆਲ ਹੈ ਅਮਰੀਕਾ ਵਾਸੀ ਜਾਂ ਇਸ ਵੇਲੇ ਦੇਸ਼ ਵਿਦੇਸ਼ ਦੇ ਜਿਹੜੇ ਸੂਝਵਾਨ ਸਰੋਤੇ ਸੁਣ ਰਹੇ ਨੇ, ਅਮਰੀਕਾ ਵਰਗੇ ਮੁਲਕ ਦੇ ਵਿੱਚ ਕਾਰਡੀਆਲੋਜਿਸਟ ਹੋਣਾ, ਸਪੈਸ਼ਲਿਸਟ ਹੋਣਾ ਕਾਰਡੀਆਲੋਜੀ ਦਾ, ਮਿੰਟਾਂ ਦੇ ਵਿੱਚ, ਘੰਟਿਆਂ ਦੇ ਵਿੱਚ ਇੰਨੀ ਆਮਦਨ ਦਾ ਸਾਧਨ ਹੈ ਕਿ ਹੈਰਾਨੀ ਕਰਨ ਵਾਲੀ ਗੱਲ ਹੈ। ਕੋਈ ਐਸਾ ਵਿਅਕਤੀ ਜਿਹੜਾ ਆਪਣੇ ਸਾਰੇ ਸੁੱਖ ਤਿਆਗ ਕੇ ਦਿਨ ਰਾਤ 13 ਮਹੀਨੇ ਕਿਸਾਨੀ ਅੰਦੋਲਨ ਦੇ ਨਾਲ ਦਿੱਲੀ ਜਾ ਕੇ ਬੈਠਾ ਹੋਵੇ, ਔਰ ਉੱਥੇ ਨਾਲੇ ਲੋਕਾਂ ਦਾ ਇਲਾਜ ਕਰ ਰਿਹਾ ਹੋਵੇ, ਨਾਲੇ ਲੋਕਾਂ ਨੂੰ ਇਹ ਦੱਸ ਰਿਹਾ ਹੋਵੇ ਕਿ ਭਾਈ ਦੋਸਤੋ ਇਹੋ ਜਿਹੀਆਂ ਗੱਲਾਂ, ਇਹਨਾਂ ਲਹਿਰਾਂ ਦੇ ਵਿੱਚ ਇਸ ਕਿਸਮ ਦੇ ਮਨਸੂਬੇ ਜਿਹੜੇ ਹੈਗੇ ਨੇ, ਇਹ 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 ਆਪਾਂ ਨੂੰ ਪਰਸਿਊ ਕਰਨ ਦੀ ਲੋੜ ਹੈ। ਕਿਸਾਨੀ ਪੰਜਾਬ ਦਾ ਮੁੱਖ ਧੰਦਾ ਹੈ, ਲੇਕਿਨ ਪੁਰਾਣੇ ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਆਪਾਂ ਜਾਣਦੇ ਹਾਂ, ਉਹ ਆਪਣੇ ਨਿੱਜ ਦੀ ਵਜ੍ਹਾ ਕਰਕੇ, ਆਪਣੀ ਨਿੱਜ ਦੀ ਵਜ੍ਹਾ ਕਰਕੇ ਉਹਨਾਂ ਨੇ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਦੀ ਬਜਾਏ ਘਾਟੇ ਵਾਲਾ ਸੌਦਾ ਬਣਾ ਦਿੱਤਾ, ਕਿਉਂਕਿ ਉਹਨਾਂ ਨੂੰ ਤਾਂ ਫਰਕ ਨਹੀਂ ਸੀ ਪੈਂਦਾ ਉਸ ਗੱਲ ਦਾ। ਮੈਂ ਇਹੋ ਹੀ ਬੇਨਤੀ ਹੈ ਇਸ ਵੇਲੇ ਕਿ ਜੇ ਜਿਵੇਂ ਅਸੀਂ ਜਾਣਦੇ ਹਾਂ, ਜੇ ਅਸੀਂ ਪੰਜਾਬ ਚ ਖੁਸ਼ਹਾਲੀ ਲਿਆਉਣਾ ਚਾਹੁੰਦੇ ਹਾਂ,
जिदी मेरा ख्याल है कोई दूजी राय नहीं, सारे इस गल दे उपर मुतफिक होंगे, लेकिन इस खुशहाली का एक जिहड़ी फाउंडेशन है उहदा जिहड़ा आधार है ओह जे पंजाब दी खेती बाड़ी वाला काम जे ओह लाहेवंदा बन जावे तो मेरा ख्याल है इन्ने लोकां दी इंपलॉयमेंट, इन्ने लोकां दी खुशहाली, इन्ने लोकां दे अगां बच्चियां दी पढ़ाई लिखाई सारा कुछ जो कुछ भी है किन्ना कुछ सौर सकदा है। और ए पंजाब जिहड़ा हैगा फिर दोबारा जिमे किसे वेले सोने दी चिड़ी जी नूं कहिंदे सीगे बनिया बनाया जा सकदा है। इहदे वास्ते सिर्फ दो ही गल्लां ने कि ए धंधे नूं जिहड़ा हैगा उहनूं प्रफुल्लित करके उहनूं लाहेवंदा बनाया जावे, दूसरी यह कि जिहड़े सरकार दे विच लोक ने उह अपना निजी हित दी बजाए समाज सेवा जिहड़ी किसे वेले हुंदी सी जिहड़ी होनी चाहीदी है ते मेरा ख्याल है जे ओ किसे किस्म दा जे ओ उस किस्म दे नुमाइंदे असीं उत्थे विधानसभा विच भेज सकदे हैगे आ जिन्हां ने अपने होटल मोटल ते कारां दा ते की हैगा जिहड़ा उहनां ने धंधे ते की ओह ने जिहड़े गैर धंधियां दे विचों जो कुछ बणदा है ਇਹ ਸਾਡੀਆਂ ਸਰਕਾਰਾਂ ਹੁਣ ਤੱਕ ਬਣਾਉਂਦੀਆਂ ਰਹੀਆਂ ਨੇ, ਇਸੇ ਕਰਕੇ ਹੀ ਅਸੀਂ ਲੁੱਟੇ ਪੁੱਟੇ ਗਏ ਹਾਂ। ਡਾਕਟਰ ਸਾਹਿਬ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਹਾਡੇ ਵਰਗੇ ਲੋਕ ਜਿਹੜੇ ਜ਼ਮੀਨ ਦੇ ਉੱਪਰ ਜੁੜੇ ਹੋਏ ਨੇ ਉਹ ਇਸ ਗੱਲ ਲਈ ਆਉਣ ਵਾਸਤੇ ਤਿਆਰ ਹੋਏ ਨੇ, ਕਿਉਂਕਿ ਜਿਹੜਾ ਆਮ ਜਿਹਦੀ ਚੰਗੀ ਭਲੀ ਜ਼ਿੰਦਗੀ ਦਾ ਜਿਹੜਾ ਹੈਗਾ ਸਾਧਨ ਬਣੇ ਹੋਏ ਨੇ ਚੱਲ ਰਹੇ ਨੇ ਉਹ ਤਾਂ ਵੈਸੇ ਹੀ ਇਸ ਗੱਲ ਨੂੰ ਆਉਂਦੇ ਨੇ ਅਸੀਂ ਕੀ ਰਹਿਣਾ ਇਸ ਖੱਪ ਖੱਪ ਦੇ ਵਿੱਚੋਂ ਜੀ, ਸਾਨੂੰ ਕੀ ਲੋੜ ਹੈ ਇਹਦੀ। ਇਹ ਸ਼ੁਕਰ ਹੈ ਕਿ ਤੁਹਾਡੇ ਵਰਗੇ ਬੰਦੇ ਇਹ ਘੱਟੋ ਘੱਟ ਇਹ ਕਦਮ ਚੁੱਕ ਕੇ ਇਸ ਗੱਲ ਵਿੱਚ ਸ਼ਾਮਲ ਹੋਏ ਨੇ, ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹ ਆਪਣਾ ਸਭ ਕੁਛ ਇਹਦੇ ਉੱਪਰ ਲਗਾਉਣ ਵਾਸਤੇ ਤਿਆਰ ਨੇ ਔਰ ਉਹ ਸਮਾਜ ਸੇਵਾ ਜਿਵੇਂ ਤੁਸੀਂ ਕਰਦੇ ਆ ਰਹੇ ਹੋ ਜਿਨ੍ਹਾਂ ਨੇ ਕਰਨੀ ਸ਼ੁਰੂ ਕਰਨੀ ਹੈ। ਇਹ ਤਾਂ ਬਹੁਤ ਵਾਰੀ ਸੁਣਾਈ ਦਿੰਦੀ ਹੈਗੀ ਚੋਣ ਵਾਲੇ ਇਲੈਕਸ਼ਨ ਚ ਸਾਡੀ ਜੀ ਸਰਕਾਰ ਨੀ, ਇਹ ਤਾਂ ਸੇਵਾ ਲੈ, ਇਹ ਤਾਂ ਸੇਵਾ ਸਾਡੀ ਤਾਂ ਹੋਰ ਕਰਨੀ, ਸੇਵਾ ਹੁੰਦੀ ਬਾਅਦ ਵਿਚ ਕਿਹੋ ਜੀ ਹੈ ਉਹ ਮੇਰਾ ਖਿਆਲ ਕਿਸੇ ਕੋਲੋਂ ਕੋਈ ਗੁੱਝੀ ਨੀ। ਤੁਹਾਡੇ ਖਿਆਲ ਆਦ ਜਾਣਨ ਨੂੰ ਜੀ ਕਰਦਾ ਡਾਕਟਰ ਸਾਹਿਬ ਜੀ। ਹਾਂਜੀ ਮਨਸਰ, ਜਿਵੇਂ ਤੁਸੀਂ ਕਿਹਾ ਕਿ ਸਭ ਤੋਂ ਵੱਡਾ ਵਿਗਾੜ ਇਹ ਹੈਗਾ ਜੀ ਕਿ ਰਾਜਨੀਤੀ ਨੂੰ ਧੰਦਾ ਬਣਾ ਲਿਆ। ਹੁਣ ਮੇਰੇ ਇਕਦਮ ਮਨ ਚ ਨੀ ਯਾਦ ਆ ਰਿਹਾ ਕਿ ਇੱਕ ਬਾਹਰਲੇ ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਆਏ, ਉਹ ਸਾਡੇ ਲੋਕ ਸਭਾ ਮੈਂਬਰ ਨੂੰ ਮਿਲੇ ਤੇ ਉਹਨਾਂ ਨੇ ਗੱਲਬਾਤ ਕੀਤੀ, ਤੁਸੀਂ ਕੀ ਕਰਦੇ ਹੋ। ਕਹਿੰਦੇ ਨਹੀਂ ਜੀ ਅਸੀਂ ਕੋਈ ਬਿਜ਼ਨਸ ਕੋਈ ਧੰਦਾ ਨਹੀਂ ਕਰਦੇ, ਆਪਦਾ ਜਿਹੜਾ ਕੰਮ ਸੀ ਉਹ ਸਾਰੇ ਛੱਡੇ ਹੋਏ ਨੇ। ਉਹ ਕਹਿੰਦੇ ਪਰਿਵਾਰ ਕਿੱਥੇ ਪਾਲਦੇ ਹੋ? ਕਹਿੰਦੇ ਰਾਜਨੀਤੀ ਚੋਂ। ਕਹਿੰਦੇ ਕਮਾਲ ਹੈ, ਤੁਸੀਂ ਕੋਈ ਵੀ ਕੰਮ ਨਹੀਂ ਕਰਦੇ? ਕਹਿੰਦੇ ਨਹੀਂ। ਉਹਨੇ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ? ਉਹਨਾਂ ਨੇ ਕਿਹਾ ਮੈਂ ਰਾਸ਼ਟਰਪਤੀ ਹਾਂ, ਭਾਵੇਂ ਸਵੇਰ ਦਿਨ ਦੇ ਵਿੱਚ 4 ਤੋਂ 5 ਘੰਟੇ ਆਪਦੇ ਖੇਤ ਚ ਖੇਤੀ ਦਾ ਕੰਮ ਆਪ ਕਰਦਾ। ਸਾਡੇ ਤਾਂ ਜਮੇ ਪੱਠਾ ਬੈਠ ਗਿਆ ਨਾ ਜੀ, ਰਾਜਨੀਤੀ ਨੂੰ ਵਪਾਰ ਬਣਾ ਲਿਆ। ਵਪਾਰ ਕਿਉਂ ਬਣਾ ਲਿਆ? ਬੜੇ ਵਧੀਆ ਢੰਗ ਨਾਲ ਇਹਨਾਂ ਨੇ ਚਲਾਕੀ ਨਾਲ ਕਿ ਬਹੁਤ ਪੈਸਾ ਲਾਉਂਦੇ ਨੇ ਇਹ MLA ਦੀ ਸੀਟ ਜਿੱਤਣ ਲਈ। ਆਪਾਂ ਨੂੰ ਸਭ ਨੂੰ ਪਤਾ ਕੋਈ ਰਿਪੋਰਟਾਂ ਆਉਂਦੀਆਂ ਨੇ 2 ਕਰੋੜ ਲਾਉਂਦੇ ਆ, ਕੋਈ ਕਹਿੰਦੇ 3 ਕਰੋੜ ਲਾਉਂਦੇ ਆ। ਮੰਨ ਲਓ ਕਿ ਆਪਣੇ ਇਹ 2-3 ਕਰੋੜ ਲਾਉਂਦੇ ਨੇ ਜੋ ਰਿਪੋਰਟਾਂ ਆਉਂਦੀਆਂ ਨੇ, ਫਿਰ ਉਹਨਾਂ ਨੇ 2-3 ਕਰੋੜ ਅਗਲੀ ਇਲੈਕਸ਼ਨ ਲਈ ਵੀ ਤਿਆਰ ਕਰਨੇ, ਤੇ ਜਿਹੜਾ 2-3 ਕਰੋੜ ਲਾਇਆ ਉਹ ਬਿਜ਼ਨਸ ਦੇ ਤੌਰ ਤੇ ਲਾਇਆ ਉਹਨਾਂ ਨੇ, ਉਹਦੇ ਚ ਵੀ ਕਮਾਈ ਕਰਨੀ ਹੈ। ਇਹ ਸਾਰੇ ਵਿਗਾੜ ਇੱਥੋਂ ਆ ਗਏ ਜੀ। ਜੇ ਚੋਣਾਂ ਬਹੁਤ ਸਾਦੇ ਢੰਗ ਨਾਲ ਹੋਣ, ਅਸੀਂ ਸਰਦਾਰ ਹਮੀਰ ਸਿੰਘ ਉੱਘੇ ਚਿੰਤਕ ਤੋਂ ਕਈ ਵਾਰ ਸੈਮੀਨਾਰ ਕਰਾਏ ਜੀ ਚੋਣ ਸੁਧਾਰਾਂ ਤੇ, ਕਿ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਵੇ, ਨੰਬਰ 1। ਨੰਬਰ 2, ਜਿਹੜੇ ਕੈਂਡੀਡੇਟ ਜਿੱਤ ਗਏ ਨੇ ਜੇ ਉਹ ਕੰਮ ਨਹੀਂ ਕਰਦੇ 2.5 ਸਾਲਾਂ ਬਾਅਦ ਵੋਟਿੰਗ ਪਾ ਕੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਕਾਲ ਬਲੈਕ ਦਾ ਅਧਿਕਾਰ ਹੋਵੇ। ਚੋਣਾਂ ਜਿਹੜੀਆਂ ਸਾਥੋਂ ਫੰਡ ਲੈ ਕੇ ਜਿਹੜਾ ਹੁਣ ਵੀ ਤਾਂ ਲੋਕ ਹੀ ਲੋਕਾਂ ਦੇ ਸਿਰ ਤੇ ਖਰਚੇ ਕਰਦੇ ਨੇ, ਕਿ ਲੋਕ ਸਰਕਾਰ ਚੋਣਾਂ ਤੇ ਖਰਚ ਕਰੇ, ਉਮੀਦਵਾਰ ਸਾਂਝੇ ਤੌਰ ਤੇ ਇੱਕ ਗੱਡੀ ਦੇ ਵਿੱਚ ਇੱਕ ਸਟੇਜ ਤੇ ਪਿੰਡ ਤੇ ਜਾਣ, ਆਪੋ ਆਪਣਾ ਏਜੰਡਾ ਦੱਸਣ, ਪਹਿਲਾਂ ਕੀ ਕੀਤਾ ਹੁਣ ਕੀ ਕਰਨਗੇ। ਇਹ ਵੀ ਨਹੀਂ ਕਿ ਹੁਣ ਕਰਾਂਗੇ ਤੇ ਪਿਛਲੇ 75 ਸਾਲ ਚ ਤੁਸੀਂ ਕੀ ਕੀਤਾ, ਉਹ ਵੀ ਹਿਸਾਬ ਕਿਤਾਬ ਦੇਣਾ ਪਊਗਾ। ਚੋਣ ਖਰਚਾ ਰਹਿਤ ਹੋਵੇ,
बहुत घट खर्चा हो उम्मीदवार का फिर यह सिस्टम सुधरेगा। असी हुण देखो तहिया किया है जी संयुक्त समाज मोर्चे वालों सरदार बलवीर सिंह राजेवाल जी ते होर 21 जथेबंदियां दे प्रधानां ने कि असी ना कोई रैली करनी है ना कोई असी रोड मार्च करना है ना असी कोई पेड न्यूज करनी है। तुहाडे वर्गा मीडिया साडियां सज्जियां खब्बियां बाहां ने जी मैनू नहीं लगता कि 5 लाख 7 हद गई कोई 10 लाख रुपया खर्चना पै जे इदों बाद कोई भी खर्चा एक विधानसभा हल्के च चोण जितने लई नहीं आउंदा मान साहब जदों असी खर्चा कीता नहीं होगा तां असी कमाई दा इहनूं साधन नहीं बनावांगे। दूजी गल साडा पक्का तां इह कि जो काम हुण कर रहे हां उह असी लगातार करदे रहांगे एमएलए जित के भी ताकि साडा जिहड़ा परिवार की रोटी रोजी है उसे धंधे जो काम है उसे जो चले। मान लो मैं डॉक्टर हाँ मैं दिने प्रैक्टिस 3 घंटे 2 घंटे 4 बजे 4 घंटे सभा रख के बाकी सारा पब्लिक लिए ला के वो समा हुंदा है वो मैं जारी रखांगा ताकि मेरा परिवार का जिहड़ा हैगा वो उस तो ढिड भरे ते जिन्ना भी पैसा 1-1 रुपया मैनू सरकार वलों मिले वह मैं घरे वरतन का कोई हक नहीं रखता उन्होंने मैं ऑफिस बना के पूरा कंप्यूटराइज डिजिटलाइजेशन मुंडे नौजवान रख के वो सारा पैसा उस राही लोगों का पंजाब का सुधार करने आपके इलाके का सुधार करने लावा फिर यह राजनीति एक सुधरेगी जी। दूजी गल खेती बारे जो कहने असी का खेती बारे तो जी साढ़े को बहुत वधिया प्लैनिंग है मॉडल है जिवें तुसी दस दिओ कि अज की गल नहीं 20 सालों तो मैं खुद खेती विरासत मिशन नाल जुड़िया होया जिन्हें भी अज ताई 20 सालों च सैमीनार वर्कशॉप्स होईयां ने संगरूर चाहे वह संगरूर करदे आ असी चाहे वह मस्तवाला साहब करदे आ असी वह सारियां साडी एनजीओ साइंटिफिक अवेयरनेस फोरम नहीं कराईयां ने जी वह हुण नवा ढंग आ गया कि 2-3 गल्लां ने उस मान साहब एक तां कि खेती बाड़ी जिन्नी फसलां ने एक पटड़ा बैड बना के करो नंबर एक नंबर दो के जिहड़े हैगा फसलां बिरलियां बीजो नंबर दो नंबर तीन के पानी खालियां चलाओ जी जिहड़ा बहुत वड्डा मुद्दा बनया कि पानी खत्म हो जू पानी खत्म हो गया पंजाब दा ना सानू कोई महंगे तुबका सिस्टम दी लोड़ है 80% पानी बचदा जी साडे जिहड़े बहुत सारे किसान ने उस ग्रुप दे विच उह मोटरां खड़ियां ने उहनां दीआं लोड़ नहीं पैंदी चलाउण दी उहनां नूं 80% पानी बचदा उहदे नाल 80% बिजली बचदी है। ਇਹ ਇੱਕ ਸਰੋਤੇ ਵਿਗਿਆਨਕ ਸੱਚ ਹੈ ਕਿ ਫਸਲ ਹੈ ਜਿਹੜੀ ਸਾਡੀ ਉਹ ਅਸੀਂ ਤਾਂ ਸਾਨੂੰ ਜਾਣ ਕੇ ਗਲਤ ਪਾਸੇ ਲਾਇਆ ਜਾਂਦਾ ਹੈ 97% ਹਵਾ ਰੋਸ਼ਨੀ ਧੁੱਪ ਚੋਂ ਉਹਨੂੰ ਖੁਰਾਕ ਮਿਲਦੀ ਹੈ 97% ਇਹ ਵਿਗਿਆਨਕ ਸੱਚ ਹੈ ਕੋਈ ਵੀ ਚੈੱਕ ਕਰ ਲਓ 2.5% ਉਹਨੇ ਥੱਲਿਓ ਲੈਣੀ ਹੈ ਸਿਰਫ ਜ਼ਮੀਨ ਦੇ ਵਿੱਚੋਂ ਤੇ ਸਾਡਾ ਜ਼ੋਰ ਹੀ ਸਾਰਾ ਜ਼ਮੀਨ ਤੇ ਲੱਗਿਆ ਹੋਇਆ ਜੀ। ਫਿਰ ਉਹਦੇ ਚ ਆ ਜਾਂਦਾ ਜੀ ਅਗਲੀ ਇੱਕ ਪੈਦਾਵਾਰ ਗਰੁੱਪ ਹੈ ਪਿਕਨਿਕ ਤਕਨੀਕ ਹੈ ਉਹਦੇ ਵਿੱਚ ਹੈ ਕਿ ਸਾਰੀ ਜ਼ਮੀਨ ਹੈ ਫਸਲ ਹੈ ਬੈਡਾਂ ਤੇ ਬੀਜ ਕੇ ਉਹਦੇ ਉੱਤੇ ਤੁਸੀਂ ਪਰਾਲੀ ਵਿਛਾ ਦਿਓ 1 ਇੰਚ ਵੀ ਧਰਤੀ ਮਾਂ ਨੰਗੀ ਨਾ ਛੱਡੋ ਪੂਰੀ ਢੱਕ ਦਿਓ ਤਾਂ ਸਾਨੂੰ ਕੋਈ ਨਦੀਨ ਨਾਸ਼ਕ ਨਹੀਂ ਪਾਉਣਾ ਪੈ ਰਿਹਾ ਕੋਈ ਰੇਹ ਯੂਰੀਆ ਡੀਏਪੀ ਵੱਲ ਨਹੀਂ ਝਾਕਣਾ ਪੈ ਰਿਹਾ ਸਾਨੂੰ ਬਹੁਤ ਉਤਪਾਦਨ ਨਿਕਲ ਰਿਹਾ ਬਹੁਤ ਝਾੜ ਨਿਕਲ ਰਿਹਾ ਉਹਨਾਂ ਫਸਲਾਂ ਦਾ ਨਾਲੇ ਤਾਂ ਸਾਡੀ ਪਰਾਲੀ ਸਾਂਭ ਗਈ ਹੈ ਕੋਈ ਵੀ ਬੰਦਾ ਕਿਸੇ ਵੀ ਟਾਈਮ ਖੁੱਲਾ ਸੱਦਾ ਹੈ ਸਾਡੀ ਜਿਹੜੀ ਅਸੀਂ ਜ਼ਮੀਨ ਹੈ ਪਿੰਡ ਮੇਰਾ ਕੱਲੋ ਸੀ ਮਾਨਸਾ ਜ਼ਿਲ੍ਹੇ ਚ ਉੱਥੇ ਆਪਦੇ ਭਰਾਵਾਂ ਨੂੰ ਦੇ ਕੇ ਇੱਥੇ ਲਈ ਹੈ ਰੋਸ਼ਨ ਵਾਲੇ ਪਿੰਡ ਉਹਦੇ ਚ ਪਹਿਲਾਂ 2 ਏਕੜ ਹੋਰ 4 ਏਕੜ ਦਾ ਉਹ ਪਿਓਰ ਆਰਗੈਨਿਕ ਮਾਡਲ ਹੈ ਮਾਨਸਾ ਲੋਕਾਂ ਨੂੰ ਦਿਖਾਉਣ ਲਈ ਕਿਸਾਨ ਆਉਂਦੇ ਨੇ ਦੇਖ ਕੇ ਜਾਂਦੇ ਨੇ ਉਹਦੇ ਚ ਜਿਹੜੀ ਹੁਣ ਕਣਕ ਅਸੀਂ 2 ਏਕੜ ਬੀਜੀ ਹੈ ਬੈੱਡ ਪਲਾਂਟਰ ਬਣ ਗਏ ਨੇ ਬਹੁਤ ਛੋਟੇ ਛੋਟੇ ਉਹਨੇ ਆ ਕੇ ਬੈੱਡ ਵੀ ਬਣਾਤੇ ਕਣਕ ਵੀ 3 ਲਾਈਨਾਂ ਚ ਬੀਜਤੀ ਜੀ ਖਾਲੀਆਂ ਵੀ ਬਣ ਗਈਆਂ ਨਾਲ ਅੱਜ ਤਾਈ ਪਾਣੀ ਨਹੀਂ ਲਾਉਣਾ ਪਿਆ ਜੀ ਦੱਸੋ ਪੂਰਾ ਦਸੰਬਰ ਲੰਘ ਗਿਆ ਜਨਵਰੀ ਲੰਘਣ ਵਾਲੀ ਹੋ ਗਈ ਜਦੋਂ ਨੂੰ ਪਾਣੀ ਲਾਉਣ ਦਾ ਮਹੀਨੇ 1.5 ਮਹੀਨੇ ਬਾਅਦ ਸੋਚਿਆ ਉਹਦੇ ਨੂੰ ਮੀਂਹ ਪੈਣ ਲੱਗ ਗਈ ਮਤਲਬ ਜੇ ਲਾਉਣਾ ਵੀ ਪਤਾ ਖਾਲੀਆਂ ਚ ਲਾਉਣੇ ਜੀ ਬੀਜ ਕੇ ਅਸੀਂ ਫਿਰ ਪਹਿਲਾਂ ਜਿਹੜੀ 5 ਏਕੜ ਜ਼ਮੀਨ ਅਜੇ ਹੋਰ ਠੇਕੇ ਦੇ ਦਿੱਤੀ ਹੈ ਉਹਨੂੰ ਕਹਿਤਾ ਸੀ ਅੱਗ ਨੀ ਅਸੀਂ ਲਾਉਣ ਦੇਣੀ ਸਾਡੀ ਇਹ ਸ਼ਰਤ ਹੈ ਉਹਦੀਆਂ ਬੇਲਰ ਮਸ਼ੀਨ ਬਣਾ ਕੇ ਮਾਨਸਾ ਗੱਠਾਂ ਬਣਾ ਲਈਆਂ ਗੱਠਾਂ ਬਣਾ ਕੇ ਲੇਬਰ ਤੋਂ ਸਾਰੇ ਉਹ 2 ਏਕੜ ਕਣਕ ਬੀਜ ਕੇ ਢੱਕ ਦਿੱਤੀ 4 ਕਨੋਲਾ ਛੋਲੇ ਬੀਜੇ ਨੇ 4 ਕਨੋਲਾ ਪੀਲੀ ਸਰੋਂ ਬੀਜੀ ਹੈ ਉਹ ਸਾਰੀ ਪਰਾਲੀ ਨਾਲ ਢੱਕ ਦਿੱਤੀ ਔਰ ਉਹ ਇੱਦਾਂ ਉਭਰ ਕੇ ਬਾਹਰ ਨਿਕਲ ਰਹੀ ਹੈ ਕਣਕ ਛੋਲੇ ਸਰੋਂ ਇੰਨਾ ਨਜ਼ਾਰਾ ਆਉਂਦਾ ਦੇਖ ਕੇ ਜੀ ਸਾਨੂੰ ਕੁਝ ਵੀ ਨਹੀਂ ਪਾਉਣਾ ਪੈ ਰਿਹਾ
मेरे माता जी भी 95 साल दे इन्नी मेहनत करके जिंदगी जोई सी, ते चलो पिछे 3 महीने पहला डेथ हुई जी, पिंड गए असी कलो संस्कार किया, उसे गल्ला हुंदिया सी कि तुसी की कर दे हो असी की कर दे हां, वो मन्नन नूं तैयार नहीं हुंदे सी, वो तां कहंदे सी जिहड़ा पशुआं दा चार है उसते भी गुरु चार चार स्प्रेयां कर दिंदे ने, असी कभी इसका एक स्प्रे भी नहीं की, फिर भी साडा चारा इन्ना ज्यादा वड्डा होया होया, मक्की की सारा कुछ ते जो भी असी बीजदे आ ते असे ओह दुबारा भी नहीं बीजदे, ओह दुबारा उग पिया, ओह दुबारा नहीं बीजदे दुबारा भी उग पिया, तां ओह हैरान सी सारे लोग। असल दे विच जी स्रोतियो ते मान साहब गल किथे बिगाड़ी ना जी, इन्होंने जिवें हुण कारपोरेट जमीना खोणियां चाहुंदियां सी अपणियां, इन्होंने की कीता ना जी, इन्होंने पहला तां इह करता कि इन्हां तों संघणी बिजाओ, नंबर एक जो तो संघनी बीजी गई फिर यह करता के पानी है जिहड़ा वह फ्लड सिस्टम खड़ा दो फसल दे विच, जो तो पानी खड़ाता बीमारियां आ गई, बीमारियां आ गई पीली पैन लग गई फसल, रेहां स्प्रेहां आ गई, रेहां स्प्रेहां आ गई फिर साड़ियां बीमारियां रेहां आ गई बीमारियां नहीं फेरे सके स्प्रेहां करो जी, वह ढोलिया ढोलिया तो वे ढोलों से ट्रैक्टर न स्प्रेहां हो लग गई, सारा ही ए टू जेड जो भी किसान दे तैयार हुंदा खेत इन्होंने जहरां वाल मोड़ा देता, क्यों मोड़िया कि उदों बाद कैंसर काला पीला होर बीमारियां आ गई मानसल, फिर मेरे वर्ग वाले जिहड़े डाक्टर ने वो डाक्टरां दे हस्पताल नहीं कारपोरेटां दी हस्पताल बना दिते गए, वो रहिंदा खुंदा किसान दा जिहड़ा लुट, पहला वड्डी मशीनरी फिर रेहां फिर स्प्रेहां फिर जो हो भी गया पैदा जहरीला हो गया बीमारियां आ गई वह हस्पतालों में ढिड नहीं भरे जाते साडे किसानां तो ते आत्महत्या तो आप ही करनी सी ना, असी बिल्कुल जी सैमीनार कराउंदे हुंदे आ कि 20 मन तो जे तुसीं 30 मन ते चले गए झाड़ ते 50 मन ते 30 मन है जिहड़ा विचकारला वह किहदे ढिड च चला गया, जे तुहाडे कोले आए हुंदा तुसीं आत्महत्यावां ना करदे किसान मजदूर, असी जी बहुत वधिया मोड़ा दे सकदे आ 20% हर साल ऑर्गेनिक खेती वाल लिया के, ये जो मैं ढंग दस्सिया कि छोटे ट्रैक्टर ना बैड प्लांटर नाल बैड बना के दुबारा भी बैड नहीं बनाने पैंदे जी, दुबारा धरती मां दा सीना नहीं पाड़ना थले जो गंडोए बहुत बड़े पद्धर से पैरे हो गए, उन्हां बैडां दे उपर ही मशीनां बन गईआं कि दुबारा फसल बीज दिंदियां ने, उहनूं पूरी ढक दिओ पानी बच गया रेहां बच गईआं स्प्रेहां बच गईआं ते रंगला पंजाब हो जूगा, आ करोना बरोना तुहानूं कुछ नहीं कर सकना, डॉक्टर अमर सिंह आजाद ने इन्ना वधिया एक तजर्बा कर लिया जिहड़े खेती विरासत मिशन च रहे ने, हुण मान साहब वो एक एलोपैथी दे डॉक्टर होके वो SMO होंदे सी धूरी भवानीगढ़, मैं होमपैथिक मैडिकल अफसर होंदा सी, एक देवता इंसान ने, वो कहिंदे कोई दवाई ना खाओ दो ही दवाई ना खाओ मोटे अनाज से आ जाओ, कणक जहरीली हो गई है जां तां इहनूं पहलां साफ कर लो, दुध जहरीला हो गया जां दुध 67% नकली बनता है, ओहो जी सारी ही डाइट कोदरा कुटकी कंगड़ी सवांक ते लिया के मोटे अनाज से उन्होंने ब्लड प्रेशर शुगर हजारां लोगों का ठीक करता जिहड़ा नहीं सारी उम्र दवाइया खानिया पैंदियां सी, ते इम्यूनिटी इन्नी वध गई जिहड़ी मरीज कोरोना आ जाए वो तुहानूं कुछ नहीं कर सकती, ये साडे कोल बहुत वड्डी प्लान है। फिर खेती दे विच तां मान साहब इन्ना क रुजगार दिता जा सकता है प्रोसैसिंग करके मार्केटिंग ते करके, नौजवानों नूं प्रोसैसिंग ते ला दिओ मार्केटिंग ते ला दिओ, साडा खेतीबाड़ी मंत्री होऊगा वो नकली नकली सरकारी राजनीतिक दाखल वालियां कोऑपरेटिव नहीं होणगियां, किसानां दीआं कोऑपरेटिव होणगियां, छोटे कोल्ड स्टोर 11 फुट 11 फुट के भी वाल लागे होंगे पिंडां दे विच जदों साडा खेतीबाड़ी मंत्री होऊगा, तां वो सारा कोऑपरेटिव ढांचा सारा कोल्ड स्टोरेज सारियां फसलां कला कणक चो ना नहीं मोनोक्रोपिंग कह देंगे मल्टीपल क्रोपिंग, और साडे किसानां दे सारे खेतां ते असीं सारा कुछ मान साहब लवाया होया, हुण साडे खुद खेत दे विच 4 कनालां च हल्दी लगी हुई है, 6 रो एक खेत है किसान है उन्हें 4 कनालां च अदरक पैदा करके दिखा दिता, असी खेत दे विच खुंबां एक कमरे च लाईआं होईआं ने खुंबां बेच भी रहे हैं घरे खा रहे हैं, बहुत ही सौखा ढंग है जो असं ट्रेनिंग दे देंगे नौजवानों, कुछ नौजवानों गुड़ शक्कर इन्नी डिमांड बढ़ गई है गुड़ शक्कर वाले पास पा दो, कुछ नौजवान जवानों सहजियां मक्खियां पालन वाले पास ला दो, खेत ही रखो 25% उत्पादन बढ़ाया ने जी, जे सू मन च भी करती गल शुद्ध शहद भी मिलता है, कुछ डेयरी फार्म बना दे साडे साहीवाल गाइया रखिया ने, इन्नी मंग है दुध की बिल्कुल शुद्ध दुध जी, नाले शुद्ध दुध मिलेगा
ਸਿਹਤਮੰਦ ਹੋਵੋਗੇ, ਨਾਲੇ ਉਹਨਾਂ ਦਾ ਗੋਬਰ ਰੂੜੀ ਦੇ ਤੌਰ ਤੇ ਵਰਤ ਕੇ ਫਸਲਾਂ ਤੁਹਾਡੀਆਂ ਹਰੀਆਂ ਭਰੀਆਂ ਹੋਣਗੀਆਂ। ਹਜ਼ਾਰ ਹਜ਼ਾਰ ਨੌਜਵਾਨ ਨੂੰ ਖੁੰਬਾਂ ਦਾ ਕਰਾ ਦਿਓ, ਹਜ਼ਾਰ ਨੂੰ ਗੁੜ ਸ਼ੱਕਰ ਦਾ ਕਰਾ ਦਿਓ, ਹਜ਼ਾਰ ਨੂੰ ਸ਼ਹਿਦ ਦਾ ਕਰਾ ਦਿਓ, ਹਜ਼ਾਰ ਨੂੰ ਹਲਦੀ ਦੀ ਪ੍ਰੋਸੈਸਿੰਗ ਕਰਕੇ ਕਰ ਦਿਓ, ਹਜ਼ਾਰ ਨੂੰ ਅਦਰਕ ਤੇ ਲਾ ਦਿਓ, ਹਜ਼ਾਰ ਨੂੰ ਸਵੀਟ ਕਾਰਨ ਤੇ ਲਾ ਦਿਓ। ਮਤਲਬ ਅਸੀਂ 23 ਜ਼ਿਲ੍ਹੇ ਨੇ 23 ਹਜ਼ਾਰ, ਫਿਰ ਅਗਲੇ ਸਾਲ ਦੂਜੇ ਨੂੰ ਟ੍ਰੇਨਿੰਗ ਦੇ ਦਿਓ 23 ਹਜ਼ਾਰ। ਲੱਖਾਂ ਦੀ ਗਿਣਤੀ ਦੇ ਵਿਚ ਸਮਾਇਆ ਜਾ ਸਕਦਾ, ਸਮੋਇਆ ਜਾ ਸਕਦਾ ਨੌਜਵਾਨਾਂ ਨੂੰ। ਮਾਨ ਸਾਹਿਬ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਜਿੰਨੀਆਂ ਗੱਲਾਂ ਸੁਣਾਈਆਂ ਨੇ ਬੜੀਆਂ ਅਮਲੀ ਨੇ, ਪ੍ਰੈਕਟੀਕਲ ਨੇ, ਤੁਸੀਂ ਖੁਦ ਕਰ ਰਹੇ ਹੋ ਔਰ ਤੁਸੀਂ ਉਹਦੀ ਨਸੀਹਤ ਵੀ ਦੇ ਰਹੇ ਹੋ। ਬਹੁਤ ਖੁਸ਼ੀ ਹੋਈ ਤੁਹਾਡੇ ਕੋਲੋਂ ਸਾਰੀ ਗੱਲ ਸੁਣ ਕੇ ਇਹ, ਔਰ ਕਿਉਂਕਿ ਮੈਨੂੰ ਪਤਾ ਹੈ ਵੀ ਅੱਜ ਕੱਲ ਪੰਜਾਬ ਦੀਆਂ ਜਿਹੜੀਆਂ ਹੋਲਡਿੰਗਸ ਨੇ ਲੋਕਾਂ ਦੀਆਂ, ਯਾਨੀ ਉਹਨਾਂ ਦੇ ਕੋਲ ਜਿਹੜੀ ਜ਼ਮੀਨ ਦਾ ਰਕਬਾ ਹੈ ਉਹ ਬਹੁਤ ਘੱਟ ਗਿਆ, 4-4, 5-5 ਏਕੜ ਉਹ ਹੁਣ ਜਿਹੜਾ 20-30-100 ਕਿੱਲੇ ਵਾਲਾ ਜਿਹੜਾ ਕੰਮ ਸੀਗਾ ਉਹ ਬਹੁਤ ਘੱਟ ਲੋਕਾਂ ਦਾ ਰਹਿ ਗਿਆ। ਬਾਕੀ ਤੁਹਾਡੇ ਵਰਗੀਆਂ ਜਿਹੜੀਆਂ ਗੱਲਾਂ ਨੇ ਔਰ ਉਹਦੇ ਵਿਚ ਜਿਹੜੀ ਤੁਸੀਂ ਡਿਵਰਸੀਫਿਕੇਸ਼ਨ ਦੀ ਗੱਲ ਕੀਤੀ ਹੈ, ਜਿੰਨੀਆਂ ਤੁਸੀਂ ਪ੍ਰੈਕਟੀਕਲ ਗੱਲਾਂ ਕਰ ਰਹੇ ਹੋ ਔਰ ਇੰਨੀ ਕੁ ਹੋਲਡਿੰਗ ਵਾਲੇ ਜਿਹੜੇ ਲੋਕ ਨੇ, ਮੇਰੇ ਖਿਆਲ ਉਹਨਾਂ ਦੇ ਵਿਚ ਬਹੁਤ ਗਿਣਤੀ ਸੁਣ ਵੀ ਰਹੀ ਹੋਏਗੀ, ਉਹ ਸਾਰਾ ਇਹਦਾ ਫਾਇਦਾ ਉਠਾ ਸਕਦੇ ਨੇ। ਕੁਝ ਸਵਾਲ ਜਿਹੜੇ ਹੈਗੇ ਨੇ, ਕੋਈ ਜ਼ਰੂਰੀ ਨਹੀਂ ਇਸ ਵੇਲੇ ਤੁਹਾਡੇ ਕੋਲ ਉਹਨਾਂ ਦੇ ਜਵਾਬ ਹੋਣ, ਪਰ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਵੱਲੋਂ ਕੁਝ ਪ੍ਰਸ਼ਨ ਆਏ ਨੇ, ਤੁਸੀਂ ਉਹਨਾਂ ਨੂੰ ਕੰਸਿਡਰ ਕਰ ਸਕਦੇ ਹੋ ਤੇ ਜੇ ਕੁਛ ਰਿਸਪਾਂਸ ਕਰਨਾ ਚਾਹੋ ਤੇ ਕਰ ਸਕਦੇ ਹੋ, ਜੇ ਨਾ ਕਰਨਾ ਚਾਹੋ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ। ਪ੍ਰੋਫੈਸਰ ਨਿਤਨੇਮ ਸਿੰਘ ਹੁਣਾਂ ਦਾ ਸਵਾਲ ਹੈ, ਕਹਿੰਦੇ ਨੇ ਪਾਰਟੀ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਨਾ ਹੋਣਾ, ਸਾਰੀਆਂ ਕਿਸਾਨ ਮਜ਼ਦੂਰ ਪਾਰਟੀਆਂ ਦਾ ਇੱਕ ਪਲੇਟਫਾਰਮ ਤੇ ਨਾ ਆਉਣਾ, ਕੈਂਡੀਡੇਟ ਦੀ ਚੋਣ ਵਿਚੋਂ ਦੇਰੀ ਹੋਣਾ, ਕੈਂਡੀਡੇਟਸ ਦਾ ਖੁੱਲ੍ਹ ਕੇ ਪ੍ਰਚਾਰ ਨਾ ਹੋਣਾ, ਅਜੇ ਚੋਣਾਂ ਵਿਚ ਸੰਯੁਕਤ ਮੋਰਚੇ ਦੀ ਹਵਾ ਨਹੀਂ ਬਣ ਸਕੀ, ਇਹ ਉਨ੍ਹਾਂ ਦਾ ਵਿਚਾਰ ਹੈ। ਬਹੁਤ ਪ੍ਰਚਾਰ ਦੀ ਲੋੜ ਹੈ, ਬਹੁਤ ਕੰਮ ਕਰਨ ਦੀ ਲੋੜ ਹੈ, ਨਹੀਂ ਤਾਂ ਵੋਟਰ ਜਿਹੜੇ ਨੇ ਉਹ ਡਿਸਅਪੁਆਇੰਟ ਹੋਣਗੇ, ਕਿਉਂਕਿ ਇਹਦੇ ਵਿਚ ਕਈ ਗੱਲਾਂ ਪ੍ਰਬੰਧਕੀ ਵੀ ਨੇ। ਹੋ ਸਕਦਾ ਵੀ ਇਹ ਗੱਲਾਂ ਜਿਹੜੀਆਂ ਤੁਹਾਡੇ ਜਵਾਬ ਦੇਣ ਵਾਲੀਆਂ ਜਿਹੜੀਆਂ ਤੁਸੀਂ ਦੇ ਸਕਦੇ ਹੋ, ਜੇ ਨਹੀਂ ਵੀ ਤਾਂ ਮਤਲਬ ਹੈ ਵੀ ਕੋਈ ਐਸੀ ਗੱਲ ਨਹੀਂ। ਕਿਸੇ ਵੇਲੇ ਰਾਜੇਵਾਲ ਸਾਹਿਬ ਨੂੰ ਵੀ ਮੈਂ ਸੋਚ ਰਿਹਾ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਉਪਰ ਲਿਆਉਣ ਵਾਸਤੇ, ਪਰ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹਵਾਂਗੇ ਜੀ, ਜੇ ਕੋਈ ਇਹਦੀ ਐਡਰੈਸ ਕਰ ਸਕਦੇ ਇਸ ਗੱਲ ਨੂੰ ਤਾਂ ਜ਼ਰੂਰ ਕਰੋ ਜੀ। ਹਾਂਜੀ, ਜਿੱਥੋਂ ਤਾਈਂ ਤਾਂ ਜੀ ਰਜਿਸਟ੍ਰੇਸ਼ਨ ਤੇ ਚੋਣ ਨਿਸ਼ਾਨ, ਇਹ ਇੱਕ ਨਾ ਜੀ ਪੂਰੀ ਪ੍ਰੋਸੈਸ ਹੈ, ਉਹਦੇ ਵਿੱਚ ਨਿਕਲਣਾ ਹੀ ਪੈਂਦਾ। ਪਹਿਲਾਂ ਤਾਂ ਘੋਲ ਜਿੱਤਿਆ ਉਹਦਾ ਵਾਪਸ ਆਏ ਕਈ ਦਿਨਾਂ ਦੇ ਵਿੱਚ ਪੜਾਵਾਂ ਚ, ਫਿਰ ਬਹੁਤ ਸਾਰਾ ਪ੍ਰੈਸ਼ਰ ਸੀ ਕਿ ਚੋਣਾਂ ਨਾ ਲੜੋ, ਬਹੁਤ ਸਾਰਾ ਪ੍ਰੈਸ਼ਰ ਸੀ ਕਿ ਚੋਣਾਂ ਲੜੋ, ਕਿੰਨੇ ਦਿਨ 10-12-15 ਦਿਨ ਆਈ ਨਿਕਲ ਗਏ ਜਖੋ ਤੱਕੀ ਚ। ਅਸੀਂ ਕੁਛ ਲੋਕ ਕਹਿੰਦੇ ਸੀ ਕਿ ਲੜੋ, ਫਿਰ ਜਦੋਂ ਫੈਸਲਾ ਹੋ ਗਿਆ ਲੜਨ ਦਾ, ਫਿਰ ਉਹ ਅਪਲਾਈ ਕੀਤਾ, ਉਹ ਬਹੁਤ ਇੱਕ ਸਿਸਟਮ ਇਹਨਾਂ ਨੇ ਗੁੰਝਲਦਾਰ ਬਣਿਆ, ਉਹ ਤੇ ਉਨੇ ਦਿਨ ਲੱਗਦੇ ਹੀ ਹੈ ਜੀ। ਇਸ ਕਰਕੇ ਲੇਟ ਹੋਣ ਦਾ ਕਾਰਨ ਰਜਿਸਟ੍ਰੇਸ਼ਨ ਦਾ ਤੇ ਜਿਹੜਾ ਚੋਣ ਨਾਮ ਨਿਸ਼ਾਨ ਨਾ ਮਿਲਣ ਦਾ ਇਹ ਕਾਰਨ ਹੈ। ਜਿਹੜਾ ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸ਼ਾਮਲ ਨਾ ਹੋਣਾ, ਉਹਦਾ ਤਾਂ ਆਪਾਂ ਪਹਿਲਾਂ ਵਿਚਾਰ ਵਟਾਂਦਰਾ ਕਰ ਹੀ ਲਿਆ, ਕੋਈ ਗੱਲ ਨੀ। ਜੇ 12 ਬਾਹਰ ਬੈਠੇ ਨੇ ਉਹ ਖੁੰਡੇ ਵਾਲੇ ਨੇ, ਸਾਡੇ ਲਈ ਸਤਿਕਾਰਤ ਨੇ। ਠੀਕ ਹੈ, ਜਿਹੜਾ ਹੈਗਾ ਕਿ ਪ੍ਰਚਾਰ ਤੇ ਕੈਂਡੀਡੇਟ ਸਿਲੈਕਸ਼ਨ ਬਾਹਲਾ ਗੁੰਝਲਦਾਰ ਸਿਸਟਮ ਹੈ ਮਾਨ ਸਾਹਿਬ। ਇੱਕ ਦਿਨ ਜਿੱਦੇ ਮੈਂ ਗਿਆ ਲੁਧਿਆਣੇ ਆਫਿਸ ਦੇ ਵਿੱਚ ਐਫੀਡੈਵਿਟ ਤੇ ਵੀ ਸਾਈਨ ਕਰਨੇ ਹੁੰਦੇ ਨੇ, ਉੱਥੇ ਕੁਰਬਲ ਕੁਰਬਲ ਮੱਚੀ ਹੋਈ ਸੀ, ਇੱਕ ਇੱਕ ਸੀਟ ਤੇ ਕਿੰਨੇ ਕਿੰਨੇ ਨੇ ਅਪਲਾਈ ਕੀਤਾ ਸੀ, ਉਹ ਬਹੁਤ ਔਖਾ ਜੀ। ਧਾਨਾ ਮੈਂ ਇਹਨਾਂ ਦਾ ਜਿਗਰਾ ਕਿ ਕਿਵੇਂ ਇਹਨਾਂ ਨੇ ਕੈਂਡੀਡੇਟ ਸਿਲੈਕਟ ਕੀਤੇ ਨੇ, ਸਿਰਫ 2 ਕੈਂਡੀਡੇਟ ਇਹਨਾਂ ਤੋਂ ਪੁਰਾਣੇ ਸਿਲੈਕਟ ਹੋ ਗਏ ਸੀਗੇ, ਉਹ ਦੋਨਾਂ ਦੀ ਟਿਕਟ ਵਾਪਸ ਲੈ ਲਈ, ਕੋਈ ਪਾਰਟੀ ਨੀ ਟਿਕਟ ਵਾਪਸ ਲੈਂਦੀ ਨਾ ਇੱਕ ਵਾਰ ਦਿੱਤੀ ਹੋਈ। ਪਰ ਉਹ ਔਖਾ ਸਿਸਟਮ ਬਹੁਤ ਸੀਗਾ ਜੀ, ਉਹਦੇ ਜੋ ਸੈਂਟੀ ਕਰਨੀ, ਅਸਲੀਆਂ ਦੀ ਸੈਂਟੀ ਕਰਨੀ, ਨਹੀਂ ਤਾਂ ਬਾਹਰ ਛਿੱਲ ਲਾਉਣ ਵਾਲੇ ਬਹੁਤ ਖੜੇ ਹੁੰਦੇ ਨੇ, ਪੋਜੀਟਿਵ ਸੋਚ ਵਾਲੇ ਬਹੁਤ ਘੱਟ ਹੁੰਦੇ ਨੇ ਕਿ ਠੀਕ ਹੈ ਇੱਕ ਵਾਰੀ ਅਸੀਂ ਸੰਯੁਕਤ ਸਮਾਜ ਮੋਰਚੇ ਜਿਵੇਂ ਵੀ ਹੈ ਇੱਕ ਵਾਰ ਸੰਯੁਕਤ ਸਮਾਜ ਮੋਰਚਾ ਪੰਜਾਬ ਚ ਲਿਆ ਕੇ ਦੇਖ ਲਈਏ। ਉਹ ਤਾਂ ਮਤਲਬ ਕੈਂਡੀਡੇਟ ਚੁਣਨ ਤੇ ਬਹੁਤ ਸਮਾਂ ਲੱਗਣਾ ਹੀ ਸੀਗਾ ਜੀ, ਲੱਗ ਗਿਆ। ਧਾਨਾ ਕਿ ਮੈਂ ਤਾਂ ਜਿੰਨੀ ਲਿਸਟ ਦੇਖੀ ਜੇ ਮੈਂ ਜਾਣਦਾ, ਮੈਨੂੰ ਨੀ ਲੱਗਦਾ ਕਿ ਕੋਈ ਪੁਰਾਣਾ ਹੋਵੇ, ਸਾਰੇ ਹੀ ਨਵੇਂ ਨੇ ਔਰ ਨਵੇਂ ਕਰਕੇ ਜਿੱਤਣਗੇ। ਜਦੋਂ ਵੀ ਮੈਂ ਪਿੰਡਾਂ ਚ ਨਿਕਲਿਆ ਜੀ, ਚੋਣਾਂ ਸੰਬੰਧੀ ਲੋਕਾਂ ਨੇ ਕਿਹਾ ਪੁਰਾਣਾ ਪੁਰਜਾ ਨਾ ਪਾਇਓ, ਪੁਰਾਣਾ ਪੁਰਜਾ ਨਾ ਪਾਇਓ,
ਅਸੀਂ ਵੋਟਾਂ ਪਾ ਦਿਆਂਗੇ ਔਰ ਸਾਡੇ ਅੱਜ ਸਾਰੇ ਨਵੇਂ ਗੁਰਜੇ ਨੇ ਮਾਨ ਸਾਹਿਬ। ਇਹ ਸਾਰੀਆਂ ਗੱਲਾਂ ਤੇ ਕੁਝ ਸਮਾਂ ਲੱਗਣਾ ਸੀ, ਉਹ ਸਮਾਂ ਲੱਗਿਆ। ਪ੍ਰਚਾਰ ਮੈਂ ਵੀ ਮਤਲਬ ਪਹਿਲਾਂ ਸਾਰੀਆਂ ਕਿਸਾਨ ਯੂਨੀਅਨ ਦਾ ਸੀ, ਰਾਬਤਾ ਕਾਇਮ ਕੀਤਾ, ਫਿਰ ਅਸੀਂ ਮਤਲਬ ਉਹ ਪਰਮਿਸ਼ਨ ਲੈਣੀ ਹੁੰਦੀ ਹੈ ਗੱਡੀਆਂ ਚਲਾਉਣ ਦੀ, ਬੋਰਡ ਲਾਉਣ ਦੀ, ਇਹ ਸਾਰਾ ਲਿਆ। ਫਿਰ ਹੁਣ ਅਸੀਂ ਕੱਲ ਤੋਂ ਹੀ ਸ਼ੁਰੂ ਕੀਤਾ ਜੀ, ਭਾਵੇਂ ਨੋ ਡਾਊਟ ਅਸੀਂ ਪਿੰਡਾਂ ਚੋਂ ਨਿਕਲ ਗਏ ਸੀਗੇ, ਪਰ ਮੈਨੂੰ ਲੱਗਦਾ ਕਿ ਜਦੋਂ ਲੋਕ ਤੁਹਾਡੇ ਨਾਲ ਹੋਣ ਜੀ, ਲੋਕ ਤੁਹਾਡੇ ਨਾਲ ਹੋਣ ਤਾਂ ਮੀਡੀਆ ਤੁਹਾਡੇ ਨਾਲ ਹੋਵੇ ਤਾਂ ਸਾਨੂੰ ਬਾਹਲਾ ਸਮਾਂ ਨਹੀਂ ਚਾਹੀਦਾ ਜੀ। ਲੋਕਾਂ ਨਾਲ ਅਸੀਂ ਘਰੋਂ ਘਰੀ ਪਿੰਡ ਪਿੰਡ ਜਾਣਾ ਤੇ ਉਹਦੇ ਚ ਕੋਈ ਸਮਾਂ ਲੱਗਦਾ ਹੀ ਨਹੀਂ ਜੀ। ਬਹੁਤ ਦਿਨ ਨੇ ਮੈਨੂੰ, ਮੇਰੇ ਮੁਤਾਬਕ ਬਹੁਤ ਦਿਨ ਨੇ ਜੀ, ਹਨਾ। ਤੇ ਅਸੀਂ ਅੱਜ ਤੋਂ ਪੂਰੇ ਧੜੱਲੇ ਨਾਲ ਹੁਣ ਤੁਹਾਡੀ ਇੰਟਰਵਿਊ ਤੋਂ ਬਾਅਦ ਤੇ ਪਿੰਡਾਂ ਚ ਚਾਰ ਗੱਡੀਆਂ ਪ੍ਰਚਾਰ ਲਈ ਲਾਤੀਆਂ, 14-14 ਪਿੰਡ ਵੰਡ ਤੇ, ਮੇਰਾ ਆਪ ਇੱਕ ਗੱਡੀ ਚ ਅਸੀਂ ਹੋਵਾਂਗੇ, ਅਸੀਂ ਆਪਦਾ ਵੱਖਰਾ, ਸਾਰੇ ਪਿੰਡਾਂ ਦੇ ਵਿੱਚ ਕੋਈ ਪਿੰਡ ਕੋਈ ਸ਼ਹਿਰ ਦਾ ਮੈਂ ਲੰਘ ਛੱਡਣਾ ਜੀ। ਮੈਨੂੰ ਇਹ ਔਖਾ ਨਹੀਂ ਲੱਗਦਾ ਮਾਨ ਸਾਹਿਬ, ਨਾ ਇਹ ਖਰਚੇ ਵਾਲੀ ਗੱਲ ਹੈ ਜੀ। ਡਾਕਟਰ ਸਾਹਿਬ, ਇੱਕ ਦੋ ਹੋਰ ਉਹਦੇ ਬਾਰੇ ਤਾਂ ਕਿ ਤੁਸੀਂ ਸਪਸ਼ਟੀਕਰਨ ਦੇ ਸਕੋ। ਇੱਕ ਤਾਂ ਇਹ ਹੈ ਵੀ ਜਿਵੇਂ ਤੁਸੀਂ ਕਿਹਾ, ਮੇਰਾ ਖਿਆਲ ਹੈ ਜਿੰਨੇ ਸਰੋਤੇ ਨੇ ਇਸ ਵੇਲੇ ਸਾਰੇ ਸਹਿਮਤ ਹੋਣਗੇ, ਸਕਰੀਨਿੰਗ ਕਰਨ ਦੇ ਉੱਪਰ ਕਿੰਨਾ ਵੀ ਟਾਈਮ ਲੱਗੇ ਥੋੜਾ ਹੈ, ਉਹ ਜ਼ਰੂਰ ਕਰੋ ਔਰ ਬਹੁਤ ਵਧੀਆ ਹੋਵੇ। ਇੰਨੀ ਸਕਰੀਨਿੰਗ ਹੋਵੇ ਕਿ ਕੋਈ ਗੁੰਜਾਇਸ਼ ਹੀ ਨਾ ਹੋਵੇ ਕਿ ਗਲਤ ਕੈਂਡੀਡੇਟ ਜਿਹੜਾ ਹੈਗਾ ਤੁਹਾਡੇ ਵੱਲੋਂ ਮੋਰਚੇ ਵੱਲੋਂ ਜਾਵੇ। ਜਿਵੇਂ ਤੁਸੀਂ ਕਿਹਾ, ਜੇ ਕਿਤੇ ਗਲਤੀ ਹੋ ਵੀ ਗਈ, ਕਈ ਵਾਰੀ ਹੁੰਦਾ ਹੈ ਕਿਉਂਕਿ ਤੁਸੀਂ ਕਿਸੇ ਹੋਰ ਬੰਦੇ ਨੂੰ ਟਰੱਸਟ ਕਰਦੇ ਹੋ, ਉਸ ਟਰੱਸਟ ਦੇ ਅਧੀਨ ਤੁਹਾਨੂੰ ਵਿਸ਼ਵਾਸ ਵੀ ਕਰਨਾ ਪੈਂਦਾ, ਕੋਈ ਗੱਲਾਂ ਆਉਂਦੀਆਂ ਨੇ। ਪਰ ਜੇ ਤੁਸੀਂ ਉਸ ਨੂੰ ਸ਼ਾਂਤੀਪੂਰਵਕ ਫੇਰ ਵਾਪਸ ਵੀ ਲੈ ਲੈਂਦੇ ਹੋ, ਮੇਰਾ ਖਿਆਲ ਹੈ ਲੋਕ ਇਸ ਗੱਲ ਨੂੰ ਮਾਇੰਡ ਨਹੀਂ ਕਰਨਗੇ, ਸਗੋਂ ਉਹ ਚੰਗਾ ਸਮਝਣਗੇ ਕਿ ਤੁਸੀਂ ਗਲਤ ਕੈਂਡੀਡੇਟ ਦੀ ਬਜਾਏ ਠੀਕ ਕੈਂਡੀਡੇਟ ਜਿਹੜਾ ਹੈਗਾ ਦੁਬਾਰਾ ਦਿੱਤਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਪ੍ਰੈਕਟੀਕਲ ਨੇ ਔਰ ਹੋਣਗੀਆਂ, ਸਾਰਾ ਕੁਛ ਹੈ, ਕੋਈ ਐਸੀ ਗੱਲ ਨਹੀਂ। ਮੈਨੂੰ ਲੱਗਦੀ ਹੈ ਲੋਕ ਆਪਣੇ ਤੌਰ ਦੇ ਉਪਰ ਇਹ ਸਮਝੀ ਬੈਠੇ ਨੇ ਕਿ ਜੇ ਦੂਜੀਆਂ ਰਵਾਇਤੀ ਪਾਰਟੀਆਂ ਨੇ ਕੁਝ ਭਲਾ ਕਰਨਾ ਹੁੰਦਾ, ਉਨ੍ਹਾਂ ਕੋਲ ਬਹੁਤ ਬਹੁਤ ਸਮਾਂ ਆਇਆ। ਕਈ ਪਾਰਟੀਆਂ ਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਤਿੰਨ ਤਿੰਨ ਦੋ ਦੋ ਵਾਰੀ ਲਗਾਤਾਰ ਮਿਲਿਆ ਟਾਈਮ, ਉਸ ਤੋਂ ਬਾਅਦ ਫੇਰ ਮਿਲਿਆ, ਉਸ ਤੋਂ ਬਾਅਦ ਫੇਰ ਮਿਲਿਆ। ਅਕਾਲੀ ਪਾਰਟੀ ਨੂੰ ਤਾਂ ਮਸਲਨ 5 ਵਾਰੀ ਮੁੱਖ ਮੰਤਰੀ ਬਾਦਲ ਸਾਹਿਬ ਸਤਿਕਾਰਯੋਗ ਨੇ ਉਨ੍ਹਾਂ ਨੂੰ ਮੌਕਾ ਮਿਲਿਆ, ਕਾਂਗਰਸ ਨੂੰ ਲਗਭਗ ਵੀ ਉਨੇ ਕੁ ਮੌਕੇ ਮਿਲੇ, ਸ਼ਾਇਦ ਚਲੋ ਇੱਕ ਦੋ ਘੱਟ ਵੀ ਹੋਣਗੇ ਹਿਸਟੋਰੀਕਲੀ ਕਹਿ ਸਕਦੇ ਆ। ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਸਥਾਪਿਤ ਪਾਰਟੀਆਂ ਨੇ ਉਹ ਆਪਣੇ ਹਿੱਤ ਵਿਚ ਹੀ ਰਹਿ ਗਈਆਂ, ਲੋਕਾਂ ਦਾ ਹਿੱਤ ਅੱਗੇ ਨਹੀਂ ਆਇਆ। ਹਾਂ, ਆਪ ਉਨ੍ਹਾਂ ਦੇ ਕਾਰੋਬਾਰ ਬਹੁਤ ਵੱਧ ਗਏ, ਬਹੁਤ ਕੁਛ ਹੋ ਗਿਆ, ਔਰ ਮੈਨੂੰ ਲੱਗਦੀ ਹੈ ਵੀ ਇਹਦੇ ਵਿਚ ਜਿਹੜੀ ਹੈਗੀ ਜਿਹੜੀਆਂ ਲੋਕਾਂ ਦਾ ਦੁੱਖ ਸੀ, ਜਿਹੜਾ ਲੋਕਾਂ ਦਾ ਕਸ਼ਟ ਸੀ, ਜਾਂ ਲੋਕਾਂ ਦਾ ਸਮਾਜ ਸੇਵਾ ਦਾ ਜਿਹੜਾ ਅਸਲੀ ਮੁੱਦਾ ਸੀ, ਉਹ ਤਾਂ ਪਿੱਛੇ ਹੀ ਰਹਿ ਗਿਆ। ਸਾਡੇ ਕੋਲ ਤਕਰੀਬਨ 15 ਕੁ ਮਿੰਟ ਰਹਿੰਦੇ ਨੇ ਤੇ ਮੈਂ ਤੁਹਾਡੇ ਕੋਲੋਂ ਹੋਰ ਕੋਈ ਆਪਣੀ ਚੋਣ ਮੁਹਿੰਮ ਬਾਰੇ, ਕੋਈ ਹੋਰ ਗੱਲਾਂ ਜਿਹੜੀਆਂ ਹੈਗੀਆਂ ਨੇ ਮੋਰਚੇ ਬਾਰੇ, ਕਿਸੇ ਹੋਰ ਖਿਆਲਵਾਦ ਬਾਰੇ ਤੁਸੀਂ ਕੋਈ ਦੱਸਣਾ ਚਾਹੁੰਦੇ ਹੋ ਤਾਂ ਜ਼ਰੂਰ ਮੌਕਾ ਜੀ। ਹਾਂਜੀ, ਮੰਚ ਹਾਜ਼ਰ ਹੈ। ਮਾਨ ਸਾਹਿਬ, ਬਹੁਤ ਵਧੀਆ ਰੋਡ ਮੈਪ ਹੈ ਜੀ, ਜਿਵੇਂ ਹੈਲਥ ਬਾਰੇ, ਸਿਹਤ ਬਾਰੇ ਇੰਨਾ ਵਧੀਆ ਰੋਡ ਮੈਪ ਹੈ, ਜਿਹਦੇ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਅਸੀਂ ਵੈਬੀਨਾਰ ਕਰਾਏ ਨੇ ਹੁਣ ਜੂਮ ਤੇ ਜੀ। ਉਹ ਕਹਿੰਦੇ ਵੀ ਸਾਡੇ ਹਸਪਤਾਲਾਂ ਡਿਸਪੈਂਸਰੀਆਂ ਦਾ ਨਾਂ ਹੀ ਅਸੀਂ ਬਦਲ ਦਿਆਂਗੇ, ਇਹ ਵੈਲਨੈਸ ਸੈਂਟਰ ਹੋਣਗੇ। ਬਿਮਾਰੀਆਂ ਠੀਕ ਕਰਨ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਤੰਦਰੁਸਤ ਰੱਖਣਾ ਸਿਖਾਵਾਂਗੇ, ਤੰਦਰੁਸਤ ਰਹਿਣਾ ਸਿਖਾਵਾਂਗੇ। ਉਹਦੇ ਵਿੱਚ ਐਲੋਪੈਥੀ ਦੇ ਨਾਲ ਆਯੁਰਵੈਦਿਕ, ਹੋਮਿਓਪੈਥੀ, ਨੇਚਰੋਪੈਥੀ, ਯੋਗਾ, ਉਹਦੇ ਨਾਲ ਡਾਇਟ ਜਿਹੜੀ ਉਹਨਾਂ ਦੀ ਹੈ ਵੱਡੇ ਪੱਧਰ ਤੇ ਸਧਾਰਨਾ, ਕੋਦਲਾ, ਕੁਟਕੀ, ਕੰਗਣੀ, ਸਵਾਂਕ, ਇਹ ਸਾਰਾ ਵੈਲਨੈਸ ਸੈਂਟਰ ਇਹਨਾਂ ਦਾ ਨਾਂ ਹੋਏਗਾ ਜੀ। ਇਹ ਲੋਕਾਂ ਮਨ ਸਾਹਿਬ ਕਦੇ ਕਿਸੇ ਸਮੇਂ ਡਾਕਟਰੀ ਪੇਸ਼ਾ ਡਾਕਟਰ ਬਣੇ ਸੀ, ਉਹਨਾਂ ਨੂੰ ਜੁਰਮਾਨਾ ਵੀ ਹੁੰਦਾ ਸੀ ਕਿ ਤੇਰਾ ਆਹ ਏਰੀਆ ਇਹਦੇ ਚ ਕੋਈ ਬਿਮਾਰ ਨਹੀਂ ਹੋਣਾ ਚਾਹੀਦਾ। ਅੱਜ ਕੀ ਹੈ ਕਿ ਸਾਰੇ ਬਿਮਾਰ ਹੋਵੋ, ਸਾਡੇ ਕੋਲੇ ਆਓ ਤੇ ਲੁੱਟ ਲਓ ਜੀ ਜੀ। ਅਸੀਂ ਵੈਲਨੈਸ ਸੈਂਟਰ ਬਣਾਉਣੇ ਡਾਕਟਰ ਅਮਰ ਸਿੰਘ ਆਜ਼ਾਦ ਦੀ ਸੋਚ ਤੇ ਜੀ, ਬਿਲਕੁਲ ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ। ਦੂਜੀ ਗੱਲ ਸਿੱਖਿਆ ਦੀ ਆ ਗਈ,
इलाहाबाद हाई कोर्ट का किन्ने चिर का फैसला होया सी, एक लख तो पंजाब बचाओ पिंड बचाओ दे अधीन उगे चिंतक हवीर सिंह तो लैक्चर करा के करनैल सिंह जखेपल आई डी पी तो करा के असी मतलब एक लख का साइन करा के बचे। असी कहने जी कल अध्यापक के बच्चे नहीं पढ़ते सरकारी स्कूलों च, क्यों पढ़ने जी जो सहूलत नहीं ना पोस्टा भरिया हुई ने। असी उहदे विच लिखा जी सारे वर्ग जिहड़ा भी ट्रेजरी तनखाह लैंदा राजनेता बेशक वह डीजीपी है बेशक वह चीफ सैकटरी है देखो जिला ते डीसी है एसएसबी है दूजे सारे मुलाजम ने सारे राजनेता ने सारिया के बच्चे सरकारी स्कूलों च पढ़ने चाहिए ने। उन्होंने भावे असी एक बार जी प्रोफेसर प्रिंसीपाल सिंह सोही जिहड़े हुण कनेडा च ने इत्थे हुंदे सी 2008 सैमीनार कराया सी वो कहते सी जिनी तुसी फीस बाहर दे जांदे ना लटा होई जांदे हो उदो साडे जीजीएस स्कूल एक मन्ने होया 1000 रुपया फीस सी। वो कहते जे इहना स्कूलों च आमदन मुताबक तुसी फीस कर दिओ ता सारे बच्चे ही लोड़वंद दे गरीबां दे भी पढ़ लैणगे, उह स्कूल भी वधिया चल पूगा, उह स्विमिंग पूल भी हो जाणगे, असी बसां भी ला सकांगे। ता इह जे असी कदे इलाहाबाद हाई कोर्ट का फैसला लागू कर लवांगे ते उहदे लई सिक्ख्या तंत्र साडा पूरा सुधर जाणा है। फिर 36,000 मुलाजमां दा मुख्यमंत्री चन्नी ने एक ऐलान मुख्यमंत्री बन के रह गए पक्के करन दा कहा, बड़ी खुशी चढ़ी जी, चलो शुक्र है बहुत वधिया होया। वो फाइल 21 दिन मुख्यमंत्री दी उत्थे पई रही दफ्तर च, 1 महीना गवर्नर कोल पई रही, वो कोई मुलाजम पक्के नहीं होए। असी अगले दिन ही मता पास करके जिहड़ा भी साडा मंत्री बनूगा संबंधित ते असी उहनूं 1 महीने चो गवर्नर तो फाइल मगर ला के एक भी किसी भी ऑफिसर नूं ते उह कल उहनां नूं पक्के कर देंगे जी। अज अध्यापकां दीआं 20 वर्ग बना ले ने, पता नहीं की ने बनाए ने, की लोड़ सी इन्हां चीजां दी। वह 20 वर्गों खत्म करके सारे अध्यापक पक्के होणगे, उहनां नूं पूरी तनखाह होगी, कच्चे तो होने चाहिए ने। असी लोग जो राजनीति पै रहे हैं जां पए ने वह कच्चे होने चाहिए, साडे अध्यापक तो पक्के होने चाहिए जिहड़े साडे कौम दे निर्माता ने, साडे प्रोफेसर कालजां दे रुल रहे ने। प्रगट सिंह की कोठी के बाहर किन्ने दिन रुले ने, किन्ना शर्म महसूस होंदी है कि ऐसा भी हुंदा है देशां दे विच कि कौम दे निर्माता स्कूल अध्यापक बेटे बेटियां डांगा खा रहे ने, नर्सा डांगा खा रही ने, होर कोरोना वेले जिन्होंने पूरी ड्यूटियां दित्तियां वह डांगा खा रहे ने। हद हो गई, आदा जमी हद हो पई है जी। वह सारे वर्गों असी पूरा साडे कोले पावर होएगी, असी आप सारिया उन्हां दीआं मंगां मन के बदलियां दे विच मान साहब जिहड़ी करप्शन का एक वड्डा धंधा है ना जी, जदों जित के इन्ने पैसे लाउंदे ने इह हर पोस्ट ते पैसा लैंदे ने, नियुक्ति करन वेले भी ट्रांसफर करन वेले भी जी, मतलब जे एक अध्यापक की ट्रांसफर करनी, एक प्रिंसीपल की ट्रांसफर करनी है उहदे च भी पैसा मंगते ने। असी तां किसान जिहड़े जिन्नियां यूनियन ने टीचर दीआं, मैं कहा उन्हां नूं असी तुहानूं बिठा देंगे, तुहाडे मूहरे सारियां लिस्टां पईआं होणगीआं, तुसीं सानूं डिसाइड करके दिओगे असी कौन होवांगे कि दाखल दे सकीए राजनीति के तुहाडीआं बदलीआं दे विच, तुसीं सानूं बना दिओ, असी दस्तखत कर दूंगा साडा सिक्ख्या मंत्री। इह औखियां गल्लां मान साहब है नहीं, बहुत सौखियां ने जी, है ना। इवें जिवें असीं ना जी घट्टो घट्ट मेरे ख्याल 20 लैक्चर कराए ने हमीर सिंह तो ते करनैल सिंह जखेपल तो नरेगा स्कीम बारे, असी ग्राम सभावां बारे, जे पिंडां दे विच प्रोपर सानूं असी सभावां भाईचारक सांझ पैदा करांगे जी, ग्राम सभावां प्रोपर प्लानिंग बना के पिंड दी देणगीआं, बजट लिख के देणगीआं, उह सारा नरेगा स्कीम दे विचों केंद्र कोलों इन्ना क पैसा लिया जा सकदा। नरेगा स्कीम हुण बदनाम कराती वीरां ने सरपंचां राहीं आपदिआं राहीं, उहनां नूं जाण के सरपंचां दे दबाव बणाए, जे प्रोपर नरेगा स्कीम लागू होगी वो साडे वीर तबका पूरा काम करूगा खेतां दे विच, ते असी ए पैसा जिहड़ा हैगा सेंटर तो लैणा, एक मंत्री वखरा बना देंगे इन्हां चीजां लई। हमीर सिंह दसदे हुंदे ने, सरदार प्रिथीपाल सिंह ढिल्लों दसदे हुंदे ने, नैशनल च रहे ने ते फूड प्रोसैसिंग दे प्रैजीडेंट रहे ने, साडे विच ने साडे वीर, जिवें परमजीत सिंह कल कलां ने लिख के भेजा सारा मेरे कोले, असी उहदे विच इक इक पिंड दे विच जी 4-4 वातावरण प्रेमी नरेगा स्कीम चो लाए जा सकदे आ। मान साहब 13,000 पिंड है, 13 चौक जिहड़ा हैगा मतलब गिणदे हुंदे ने हकीम सिंह जी के 72,000 ਉਹ ਹੋ ਸਕਦੇ ਨੇ, ਫਿਰ ਉਹਦੇ ਉੱਪਰ ਇੱਕ ਇੱਕ ਮੈਟ ਮੇਟ ਲੱਗੇਗਾ, ਫਿਰ ਉਹਦੇ ਉੱਪਰ ਇੰਜੀਨੀਅਰ ਲੱਗਣਗੇ, ਫਿਰ ਜ਼ਿਲ੍ਹਾ ਇਕੱਲੀ ਗ੍ਰਾਮ ਸਭਾਵਾਂ ਕਾਗਜ਼ਾਂ ਚ ਹੁੰਦੀਆਂ ਨੇ ਜੀ। ਹੁਣ
ग्राम सभा प्रॉपर करा के पिंडा का भाईचारा कायम करके मनरेगा दे विच सारिया उस जो प्रोजेक्ट बना के हकूमत ना लख डेढ़ लख नौकरी भी दी जा सकती है ते पिंड दे बहुत रंगला पिंड बन सकते ने जी। डॉक्टर साहब बहुत मेहरबानी जी, क्योंकि समा बहुत तेजी नाल भज रहा है, तुहाडे कोल बहुत कुछ सुनन नूं जी करदा। तुहाडियां संभावनावां की ने अखीर नूं, तुसीं मोर्चे वालियां ने कैंडीडेट खड़े कीते ने, मैनूं लगदी है कि जिवें तुहाडे कोलों अज असीं गल्लां सुन रहे हैं, मैनूं तां बहुत थोड़े कैंडीडेट ने जिन्हां बारे कुछ होर गल्लां सुनन लगे, लेकिन बहुत दिल दी वधाई होई है लखा सुधाणा बारे सुन के और उहदे इकट्ठ हुंदे वेख के। बड़ी खुशी हो रही है कि ये लोग जिहड़े जमीन नाल जुड़े हुए ने, इन्हां कोल बेशक वह पैसा नहीं है जिहड़ा दूजे उम्मीदवार जिहड़े हैगे ने करोड़ां लाउंदे ने, पर इन्हां ने करोड़ां ना लाउणा ते ना करोड़ां बनाउणे ने, इह तां समाज सेवा ही जिहड़ी हैगी उह अपने आप च हो सकदी है। मैं तुहाडे कोलों जानना चाहुंदा हां ब्रीफली कि तुसीं होर किवें लगदा तुहानूं, जिहड़े होर कैंडीडेट तुसीं, मेरा ख्याल जिन्नी कि लिस्ट तुसीं हुण तक कीती हैगी है उहदे ते तुहानूं कोई कामेंट जिहड़े हैगे ने कोई दे सकदे होवो, मेरा ख्याल साडे स्रोते इंटरस्टड होणगे जानण वास्ते जी। डॉक्टर साहब सारे सारे ही कैंडीडेट्स नूं इह समझा के इह सारे मुद्दे दस के भेजा जा रहा है। एक मैं जिहड़ी गल होर दसना चाहुंदा, बहुत सारे पुछदे आ कि चोण मैनीफेस्टो की होगा। एक ना मान साहब मतलब श्री देवेंद्र शर्मा जी ने बहुत पॉलिसी मेकर ने एग्रीकल्चर दी, बहुत बड़े बड़े लेख आउंदे ने, बहुत वड्डियां खेती बाड़ी नीतियां ते काम कर रहे ने। वो हो गए हमीर सिंह जी, हो गए अमितोज मान, बब्बू मान ते दीपक शर्मा जी, ये सारे जिहड़े हैगे ने इन्हां ने ना जी उहदे च कुछ होर खेतीबाड़ी रिटायर्ड अफसर भी ने, उन्हां ने 2-3 महीने ला के एक जूझदार पंजाब दे नां थले हैडिंग थले 32 पॉइंट मान साहब लिखे दिते ने। वो एक एक साडे कैंडीडेट नूं रिटाया जा रहा, उन्हां कोले भेज दिते ने सरदार बलवीर सिंह राजेवाल ते दूजे सारे किसान नेता ने, उसे दिन ही कहता सी सानू तुहाडे ये 32 दे 32 पॉइंट मंजूर ने, असी कुछ होर भी शामिल करांगे। जिन्ना होर पार्टियां नूं उन्होंने कहा जी जूझदा पंजाब ने, किसी ने कहा असी 4 लागू कर देंगे, किसी ने 5 लागू कर देंगे, किसी ने 8 कर देंगे। वह भी सी जिन्होंने सवाल पूछा कि भाई साहब 75 सालों च क्यों नहीं कीते, कोई जवाब नहीं सी। तां वह साडे कोल एक जूझदा पंजाब का डॉक्यूमेंट है मान साहब, मैं तुहानूं भेजूंगा 32 पॉइंट। बाबू सिंह मान होना दे बेटे ने, बहुत फिल्मी दुनिया दे विच बड़े मतलब डायरेक्टर रहे ने, ते बड़े सोचवान ने, जिन्हों थिंकर कहिंदे ने, वो उस सोसाइटी दे थिंकरां दे विचों ने। और बड़ा चंगा होया कि तुसी सारे सारे रल के जिहड़ा हैगा अजिहे यतन कर रहे हो। कुछ होर की कहना चाहोगे जी? हां जी, मैं कहना कि साडे कोल जिहड़े कहिंदे ने चोण मैनीफेस्टो तुसीं करोगे, ते ओह चो जिहड़ा जूझदा पंजाब ने इह भी कहदा कि असीं बाहर आ, ओह भी नहीं विच शामिल होए जी, किसे ने टिकट मंगी नहीं, किसे ने टिकट लई नहीं, जे कह देनी भी चाहिए उन्होंने लई नहीं। तां असीं साडे कोले तां इह रोड मैप सारा बणिया होया जी। नशिआं दी गल है मान साहब, जिहड़ी सब तों वध दुख दी है, दुख दिंदी है, नशे कौन बिखाउंदा जी? सारे स्रोते मैनूं कोई भी दस दे, सारे ही राजनेता जिम्मेवार ने, ओह राजनेता आप खुद नशे बिखाउंदे ने, फिर पुलिस उहदे चों हथ रंग लैंदी है, फिर जिहड़े बुचण वाले ग्रोह ने ओह हथ रंग लैंदे ने। जे साडे बंदे जित के MLA नशे खुद उहदे चों हिस्सेदार ही नहीं बनणगे जी, तां किवें नशे बिक जाणगे? नशे तां आप ही खत्म हो जाणगे। ਹੁਣ ਮੈਨੂੰ ਇੱਕ ਦੱਸ ਦਿਓ ਤੁਸੀਂ, ਭਾਵੇਂ ਉਹ ਸ਼ਰਾਬ ਹੈ, ਚਿੱਟਾ ਹੈ, ਭੁੱਕੀ ਹੈ, ਅਫੀਮ ਹੈ, ਕੁਝ ਵੀ ਹੈ, ਕੌਣ ਉਦੋਂ ਵਿਕਾਉਂਦਾ? ਅਸੀਂ ਸ਼ਰਾਬ ਦੇ ਬੰਦ ਠੇਕੇ ਕਰਨ ਦੇ ਤੁਹਾਨੂੰ ਪਤਾ 2009 ਤੋਂ ਦੱਸਣ ਲੱਗੇ ਆ ਪੰਚਾਇਤ ਨੂੰ ਕਿ ਤੁਹਾਡੇ ਕੋਲ ਪਾਵਰ ਹੈ ਕਾਨੂੰਨੀ ਤੌਰ ਤੇ, ਤੁਸੀਂ ਮਤਾ ਪਾ ਕਰ ਸਕਦੇ ਹੋ ਜਨਾਬ ਮੋਤੀ ਵਾਲੀ ਸਰਕਾਰ ਸਾਡੇ ਪਿੰਡ ਚ ਠੇਕਾ ਨੀ ਚਾਹੀਦਾ। ਜਦੋਂ ਠੇਕਾ
नहीं साडा मनाता मानते सी असी दो बार हाई कोर्ट से भी लड़े हैं जी। पिछले साल नागला पिंड का कोरोना वेले भी लड़े हैं। जज साहब ने वो रेल बनाई एक्साइज महकमे दे झूठे केस दर्ज करके मता रद्द किया। मैनू एफीडेविट लिख के दो कि तुम कदे भी नागला पिंड च ठेका नहीं खोलोगे। तो जे नशे ने सारिया डिस्टिलरिया ने शराब दिया सारिया मंत्रियों के ने जी सारे सारिया पार्टिया के मंत्रियों के ने चिट्टा लिया सारा पिछलिया सरकारां ने लिया नहीं तो चिट्टा इतने है ही नहीं सी। वो नशा खत्म करना मैनू नहीं लगता कि साडे लई कोई औखी गल है बहुत सौखी गल है जिहड़ा असीं नशा खत्म कर सकते हैं प्रवास रो सकते हैं जो नौजवान है उन्होंने इतने रुजगार दे के मान साहब ये गल्लां मैनू नहीं लगता कि विधानसभा जाके करनिया औखियां ने मैनू तो लगता कि बहुत सुखालियां ने। बहुत मेहरबानी प्रवास है इस वेले जिदा जिक्र कर रहे हो बार बार एक बहुत वड्डी औख बनी हुई है जेडे बच्चे ने उन्होंने मजबूरी बस बाहर आना पै रहा है और जिन्हू ब्रेन ड्रेन कहिंदे ने कि जेडे नौजवान ने जिन्होंने समाज का कुछ सवारना सीगा वो उथो मायूस होके इथे बाहर आके धक्के खांदे ने बेचारे उन्होंने बहुत एजेंटा दे धक्के चढ़ के अपनी मतलब अपनी जिंदगी तक खो लेंदे ने और सारा परिवार जेड़ा हैगा पिछे बैठ के उन्होंने तरसदा उन्होंने मिलने वास्ते ते जेड़ियां कोई ओहो जिहियां गल्लां हो जांदियां हैगियां ने ते मगरों पछतावा बहुत लगदा है। साडे बहुत साथी ने इस वेले जुड़े हुए मैं ना नहीं लै सकूंगा बहुतियां दे लेकिन रणजीत सिंह थांदेवाल साहब कह रहे ने कि बहुत शानदार डिस्कशन है बहुत चंगा लग रहा है तुहाडे कोलों समय दा मैं चाहुंदा सी वध तों वध तुहानू दित्ता जाए और तुहाडे कोलों जिहड़ियां गल्लां हैगियां ने कोई होर चोण मुहिम दे विच तुसी कोई बेनती जिहड़ी हैगी दुराती हैगी कुछ होर कहना चाहुंदे हो अपने कोल तकरीबन ढाई तीन मिनट बाकी ने जी। हां जी दो तीन गल्लां मैं मान साहब कहना कि एक तो चोण मुहिम दा ते कि जिथे किते भी तुसी देशां विदेशां च बैठे हो जिहड़े साख संबंधी नूं जानदे हो उत्थे बैठी साडी मदद कर सकदे सानूं पैसा नहीं चाहीदा। जिवें पहलां इलैक्शन वेले हुंदा रहा कि NRI नूं लुट्टिया गया जी ओह उत्थे बैठो फोन कर दिओ फोन करके मैनू ओहदा नंबर नाम पिंड भेज दो मैं ओहदे नाल कंटैक्ट कर लांगा बहुत सौखा ढंग है जी वट्सएप ग्रुप दे विच उहनूं शामिल कर देवांगे इह कोई औखा कम नहीं है। फिर वातावरण बारे बाबा बलवीर सिंह सीचेवाल ते गुरप्रीत चंदवाजा दे अधीन कमेटी बनी हुई है 14 मैंबर ने उहदे च साडी NGO मैं बेचां जी खेती विरासत मिशन वालों ऑर्गेनिक खेती का एक पूरा नक्शा दिता होया एक वखरा चोण मैनीफेस्टो ग्रीन बनाया वो कमेटी के बच्चे हाँ जी मैं तो इन्होंने सारे लोगों से विचरना उन्होंने मैं सदा दे चुका बाबा सीचेवाल जी गुरप्रीत चंदवाजा आओ तुम मैनू यही कहो कि डॉक्टर मान को वोट पाओ आपका सारा एजेंडा लोगों मुड़े आप प्रेस कॉन्फ्रेंस करा वातावरण बारे उमेंद्र दास जी कह के आओ आप सारा ता बिल्कुल नहीं कहना कि डॉक्टर मान को वोट पाओ वो सारा ता जरा ग्रीन मैनीफेस्टो लोगों सामने जारी करांगे। हमीर सिंह जी कह मनरेगा से आके बोलो तुम मतलब ग्राम सभावां से बोलो तो असं बहुत सारा मान साहब काम जूम राही वैबीनार राही उत्थे बैठे ही उन्होंने तो करवा रहे हैं उहदे विच ही हजारां लोग शामिल हो जाते हैं जी ये कुछ भी गल्लां औखियां ने जी। बहुत मेहरबानी मैनू असल च वातावरण बारे बहुत वड्डा इशू है उस वे इस वेले आपां नूं पता है भी आपां किहो जिहे संकट विच दी नंघे जा रहे हैं और तुहाडा उहदे वास्ते ध्यान है तुहाडे मैनीफेस्टो दा एक हिस्सा है और तुसी जिहड़े हैगे ने वातावरण दे सीचेवाल साहब और गुरप्रीत होनी बहुत बहुत ही सेवा भावना नाल लगे हुए लोग ने और उन्हां दा कोई होर मंतव नहीं है वो एक समाजिक सेवा दे तौर दे उपर उहदे नाल जुड़े हुए ने। मैनू ये लगदा कि जदों समाजिक सेवकां दा ही एक इकट्ठ जिहड़ा हैगा वो इहो जिहे फैसले करूगा और वो उहदे विच अपनी इनवॉल्वमेंट करूगा और तुसी लोक वो सारियां चीजां हैगियां अपने एजेंडे दे उपर रखोगे ते गुरु भली करे तुहाडे लई शुभकामनावां जी। ਤੁਸੀਂ ਪੰਜਾਬ ਦੀ ਬਿਹਤਰੀ ਬਾਰੇ ਸੋਚ ਰਹੇ ਹੋ ਕਰ ਰਹੇ ਹੋ
और अपने दृढ़ इरादे नाल चल रहे हो। और वड्डी गल ए जिवें मैं पहला भी अर्ज कीती सी कि इस पासे तुरना ही बड़ा औखा है, जिहड़ा सही बंदे हैगे आ ओह नहीं तुरदे क्योंकि उन्हां नूं पता है इहदे विच बहुत घाटे वालियां गल्लां ने, पर तुसीं इहनूं बतौर सेवा इहनूं मन रहे हो, आ रहे हो और पहल कीती आ, और तुहाडे होर अनेकां साथी जिहड़े हैगे ने इस तरह कर रहे ने, सेम वेवलैंथ दे उपर ने, बहुत मेहरबानी। फिर किते ने किते सबब बनिया, फिर डॉक्टर साहब को थोड़े किसी होर साथी को होर ख्याल सुनना चाहवांगे। विदेशों में बैठे लोग मैं तुहानू उन्हां दी भावनावां दा बिल्कुल दसना चाहना है, ओ चाहुंदे ने कि जो हालात असी विदेशों में बैठ के साडे ने, असी चाहुंदे आ पंजाब दे हालात ओहो जे होण, ओहो जी खुशहाली होवे, ओहो जिहियां चीजां होण, ओहो जिहा हालात होवे जदों असी वापस आईए सानू ए लगे ਵੀ ਸਾਡੇ ਤੇ ਮਤਲਬ ਵੀ ਜਿੱਥੇ ਅਸੀਂ ਰਹਿ ਰਹੇ ਹਾਂ ਦੋਵਾਂ ਘਰਾਂ ਵਿਚ ਕੋਈ ਫਰਕ ਨਹੀਂ ਹੈਗਾ। ਇੰਨੀ ਗੱਲ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ, ਸਮੇਂ ਦੀ ਸਮਾਪਤੀ ਹੈ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ ਰੇਡੀਓ ਚੰਨ ਪਰਦੇਸੀ ਦਾ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਦੋਸਤੋ ਇਹ ਸਨ ਡਾਕਟਰ ਅਮਰਜੀਤ ਸਿੰਘ ਜਿਹੜੇ ਸੋਸ਼ਲ ਐਕਟੀਵਿਸਟ ਨੇ, ਜਿਹੜੇ ਲਗਾਤਾਰ ਦਹਾਕਿਆਂ ਤੋਂ ਇਹ ਗੱਲਾਂ ਕਰਦੇ ਰਹੇ ਨੇ ਤੇ ਹੁਣ ਇਸ ਵੇਲੇ ਸੁਨਾਮ ਤੋਂ ਉਹ ਮੋਰਚੇ ਦੀ ਜਿਹੜੀ ਹੈਗੀ ਹੈ ਕੈਂਡੀਡੇਸੀ ਉਮੀਦਵਾਰ ਬਣੇ ਹੋਏ ਨੇ। ਉਹਨਾਂ ਲਈ ਸ਼ੁਭਕਾਮਨਾਵਾਂ ਔਰ ਜਿਵੇਂ ਉਹਨਾਂ ਨੇ ਬੇਨਤੀ ਕੀਤੀ ਹੈ ਆਪਣੀ ਸੇਵਾ ਭਾਵਨਾ ਨਾਲ ਉਹਨਾਂ ਦੀ ਮਦਦ ਕਰਨਾ ਚਾਹੋ, ਉਹਨਾਂ ਦੇ ਹਲਕੇ ਦੇ ਵਿਚ ਫੋਨ ਕਰਕੇ ਦੱਸ ਸਕਦੇ ਹੋਵੋ, ਹੋਰ ਗੱਲਾਂ ਜਿਹੜੀਆਂ ਹੈਗੀਆਂ ਨੇ ਕੋਈ ਉਹਨਾਂ ਨੂੰ ਸੁਝਾਅ ਹੈਗਾ ਉਹ ਦੇਣਾ ਚਾਹੁੰਦੇ ਹੋਵੋ, ਬਹੁਤ ਮਿਹਰਬਾਨੀ ਤੁਹਾਡਾ। ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਤੁਹਾਡੇ ਕੋਲੋਂ ਆਗਿਆ ਚਾਹਵਾਂਗਾ। ਮੇਰੇ ਅਗਲੇ ਸਾਥੀ ਜਿਹੜੇ ਹੈਗੇ ਨੇ ਉਹ ਪ੍ਰੋਗਰਾਮ ਲੈ ਕੇ ਜੁੜ ਕੇ ਮਾਈਕ੍ਰੋਫੋਨ ਲੈ ਕੇ ਤਿਆਰ ਬੈਠੇ ਨੇ, ਮੇਰਾ ਅੱਜ ਇੰਨਾ ਹੀ ਮਤਲਬ ਹੈ ਮਨਜ਼ੂਰ ਕਰਨਾ, ਬਹੁਤ ਮਿਹਰਬਾਨੀ, ਰੱਬ ਰਾਖਾ ਜੀ, ਸ਼ੁਕਰੀਆ ਜੀ, ਥੈਂਕ ਯੂ।